ਪਿਛਲੇ ਦਿਨੀ ਪੰਜਾਬ ਚ ਜਿਹੜਾ ਬਿਜਲੀ ਸੰਕਟ ਆਇਆ ਉਹ ਕਿਸੇ ਤੋਂ ਛੁਪਿਆ ਨਹੀਂ ਬਿਜਲੀ ਸੰਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੋਹਾਂ ਨੇ ਮਿਲ ਕੇ ਕੈਪਟਨ ਗਵਰਨਮੈਂਟ ਦਾ ਬਹੁਤ ਵਿਰੋਧ ਕੀਤਾ ਬੜੇ ਪ੍ਰਦਰਸ਼ਨ ਕੀਤੇ ਇਸੇ ਦੌਰਾਨ ਫਿਰ ਇੱਕ ਐਲਾਨ ਵੀ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਚ ਆਉਂਦੀ ਹੈ ਤਾਂ ਪੰਜਾਬ ਨੂੰ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਏਗੀ ਇਸੇ ਤੇ ਅੱਜ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਇਕਬਾਲ ਸਿੰਘ ਜੀ ਉਸ ਤੋਂ ਪਹਿਲਾਂ ਤਾਂ ਕੇਜਰੀਵਾਲ ਪ੍ਰੈਸ ਕਾਨਫਰੰਸ ਕਰ ਚੁੱਕਿਆ ਹੁਣ ਇਹ ਫਸ ਚੁੱਕੇ ਕਿਉਂਕਿ ਸਾਢੇ 4 ਸਾਲ ਨਿਕਲ ਗਏ ਜੋ ਕਰਨਾ ਸੀ ਉਹ ਪਿੱਛੇ ਕਰ ਦਿੰਦੇ ਹੁਣ ਤਾਂ ਜੋ ਵੀ ਇਹ ਕਰ ਰਹੇ ਆ ਆਮ ਪਾਰਟੀ ਦੇ ਪ੍ਰੈਸ਼ਰ ਥੱਲੇ ਆ ਕੇ ਕਰ ਰਹੇ ਆ ਦੂਜਾ ਸਾਡਾ ਕੋ ਰਾਜਨੀਤੀ ਖੇਡਣਾ ਨਹੀਂ ਸੀਗਾ ਵੀ 300 ਯੂਨਟ ਅਸੀਂ ਮਾਫ ਕਰਕੇ ਕੋ ਰਾਜਨੀਤੀ ਖੇਡਣੀ ਸੀ ਸਾਡੀ ਸੀਗੀ ਵੀ ਲੋਕਾਂ ਦੀ ਜਾਨ ਸੌਖੀ ਕਿਵੇਂ ਹੋਵੇ ਕਿਉਂਕਿ ਬਿੱਲ ਭਰਨੇ ਅੱਜ ਗਰੀਬ ਆਦਮੀ ਨੂੰ ਬੜੇ ਮੁਸ਼ਕਲ ਹੋਏ ਪਏ ਆ ਸਾਡਾ ਮੋਟਿਵ ਪੂਰਾ ਹੋ ਜਾਊਗਾ ਜੇ ਇਹ ਵੀ ਕਰ ਦੇਣ ਸਾਨੂੰ ਕੋਈ ਮਤਲਬ ਨਹੀਂ ਸਾਡੇ ਕੋਲ ਹੋਰ ਬਹੁਤ ਕੁਝ ਹੈ ਅਸੀਂ ਤੁਹਾਨੂੰ ਹੋਰ ਵੀ ਬਹੁਤ ਅੱਗੇ ਦੱਸਾਂਗੇ ਇਸ ਕਰਕੇ ਇਹ ਤਾਂ ਇੱਕ ਇਹਨਾਂ ਦੀ ਬਾਹ ਮੋੜ ਕੇ ਅਸੀਂ ਕਰਵਾਇਆ ਜੇ ਹੁਣ ਕਰਦੇ ਆ ਤਾਂ ਇਹ ਸਿਰਫ ਆਮ ਆਦਮੀ ਪਾਰਟੀ ਦੀ ਹੀ ਪ੍ਰਾਪਤੀ ਗਣੀ ਜਾਊਗੀ ਚਲੋ ਮਤਲਬ ਤੁਹਾਡੇ ਪ੍ਰੈਸ਼ਰ 'ਚ ਆ ਕੇ ਕੈਪਟਨ ਰਮਿੰਦਰ ਨੇ ਇਹ ਐਲਾਨ ਕੀਤਾ। ਲੇਕਿਨ ਅਗਰ ਕੰਪੇਅਰ ਕਰਨ ਲਈ ਦਿੱਲੀ ਔਰ ਪੰਜਾਬ ਨੂੰ ਇਲੈਕਸ਼ਨ ਦੇ ਦੌਰਾਨ ਜਿਹੜਾ ਤੁਸੀਂ ਵਾਦਾ ਕੀਤਾ 300 ਯੂਨਿਟ ਫ੍ਰੀ ਬਿਜਲੀ ਦੇਣ ਦਾ ਕੀ ਰੂਟ ਪਲਾਨ ਹੈ ਕਿਉਂਕਿ ਪੰਜਾਬ ਆਲਰੇਡੀ ਡੈਬਟਸ 'ਚ ਚੱਲ ਰਿਹਾ ਹੈ ਆਲਰੇਡੀ ਕਰਜ਼ੇ 'ਚ ਚੱਲ ਰਿਹਾ ਹੈ। ਦਿੱਲੀ ਨਾਲੋਂ ਬਹੁਤ ਵੱਖਰੀ ਇਕਨੋਮੀ ਹੈ ਪੰਜਾਬ ਦੀ ਤੇ ਕਿਸ ਤਰ੍ਹਾਂ ਤੁਸੀਂ 300 ਯੂਨਿਟ ਫ੍ਰੀ ਬਿਜਲੀ ਪੂਰੀ ਕਰੋਗੇ ਕੀ ਪਲਾਨ ਹੈ ਤੁਹਾਡੇ ਕੋਲ? ਦੇਖੋ ਪਲਾਨ ਤਾਂ ਪੈਸੇ ਨਾਲ ਹੀ ਹੋਣੀ ਹੈ ਪੂਰੀ ਤਾਂ। ਹੁਣ ਪੈਸਾ ਬਜਟ 'ਚ ਵਧਾਣਾ ਕਿਵੇਂ ਉਹ ਤੁਹਾਨੂੰ ਦਿੱਲੀ ਅਸੀਂ ਦਿਖਾ ਦਤਿਆ। ਪ੍ਰੈਕਟੀਕਲ ਦਿਖਾਤਾ ਪਹਿਲਾਂ ਤਾਂ ਅਸੀਂ ਗੱਲਾਂ ਕਰਦੇ ਸੀ ਨਾ ਦਿੱਲੀ ਉਦੋਂ ਵੀ ਇਹ ਪਾਰਟੀਆਂ ਸਾਡੀ ਵਿਰੋਧੀ ਧਿਰ ਵਾਲੀਆਂ ਐਦਾਂ ਹੀ ਕਹਿੰਦੇ ਸੀ ਪੈਸੇ ਦਰਖਤਾਂ ਨਾ ਲੱਗਦੇ ਪੈਸੇ ਕਿੱਥੋਂ ਲਿਆਉਣਗੇ ਤੇ ਤੁਹਾਡੇ ਸਾਹਮਣੇ ਦਿੱਲੀ ਮਾਡਲ ਤੁਹਾਨੂੰ ਦਿਖਾਤਾ ਹੈ ਨਾ ਪੈਸੇ 30000 ਕਰੋੜ ਦੇ ਬਜਟ ਨੂੰ 60000 ਕਰੋੜ ਕਿਵੇਂ ਕੀਤਾ ਅਸੀਂ ਡਬਲ ਕਰਤਾ 5 ਸਾਲਾਂ 'ਚ ਤੇ ਇੱਥੇ ਜਿਹੜਾ 1.80 ਲੱਖ ਕਰੋੜ ਦਾ ਬਜਟ ਹੈ ਇਹਨੂੰ ਵੀ ਅਸੀਂ 400 4 ਲੱਖ ਕਰੋੜ ਤੱਕ ਲੈ ਕੇ ਜਾਵਾਂਗੇ ਜਦੋਂ 4 ਲੱਖ ਕਰੋੜ ਬਜਟ ਹੋ ਗਿਆ ਇੱਕ ਬਿਜਲੀ ਨਹੀਂ ਇੱਥੇ ਹੈਲਥ ਸਵਾਵਾ ਵੀ ਫ੍ਰੀ ਹੋ ਜਾਣੀਆਂ ਥੋੜਾ ਐਜੂਕੇਸ਼ਨ ਵੀ ਫ੍ਰੀ ਹੋ ਜਾਣਾ ਸਭ ਕੁਝ ਪਾਣੀ ਫ੍ਰੀ ਹੋ ਜਾਣਾ ਬਹੁਤ ਹੋਰ ਕੁਝ ਮਿਲੂਗਾ ਤੁਹਾਨੂੰ ਇਸ ਕਰਕੇ ਪੰਜਾਬ ਤਾਂ ਇੱਕ ਫੁੱਲ ਫਲੈਜ ਸਟੇਟ ਸਟੇਟ ਸਾਡੇ ਹੱਥ ਚ ਆਉਣੀ ਹੈ ਇਸ ਕਰਕੇ ਦਿੱਲੀ ਨਾਲੋਂ ਬਹੁਤ ਵੱਡੀ ਸਟੇਟ ਹੈ ਸਾਡੇ ਇਹ ਜਿਹੜੀ ਅਸੀਂ ਜਿੱਥੇ ਇੱਥੇ ਇਹਦੇ ਮਾਡਲ ਪੰਜਾਬ ਦਾ ਪੂਰੇ ਇੰਡੀਆ ਜ ਦਿਖਾਵਾਂਗੇ ਪੰਜਾਬ ਐਸੀ ਚੀਜ਼ ਹੈ ਇੱਥੇ ਸੋਰਸਸ ਬਹੁਤ ਹਨ ਸਾਡੇ ਲੈਂਡ ਮਾਫੀਆ ਲੈਂਡ ਮਾਫੀਆ ਇਹ ਬੜੇ ਇਹਨਾਂ ਨੂੰ ਬੰਦ ਕਰਾਂਗੇ ਬਿਜਲੀ ਮਾਫੀਆ ਟਰਾਂਸਪੋਰਟ ਮਾਫੀਆ ਕਿੰਨੇ ਮਾਫੀਆ ਚੱਲਦੇ ਹਨ ਇੱਥੇ ਇਹ ਸਭ ਨੂੰ ਬੰਦ ਕਰਕੇ ਸਾਰਾ ਖਜ਼ਾਨਾ ਭਰਿਆ ਜਾਊਗਾ ਬਾਕੀ ਜੋ ਜਿੱਥੇ ਵੀ ਚੋਰੀ ਹੋਇਆ ਉਹਨੂੰ ਪਲੱਗ ਕੀਤਾ ਜਾਊਗਾ ਇਸ ਕਰਕੇ ਖਜ਼ਾਨੇ ਦੀ ਚਿੰਤਾ ਨਾ ਕਰੋ ਪੈਸਾ ਕਿੱਥੋਂ ਆਊਗਾ ਉਹ ਸਾਡੀ ਜ਼ਿੰਮੇਵਾਰੀ ਹੈ ਪੈਸਾ ਕਿੱਥੋਂ ਲਿਆਉਣਾ ਅਸੀਂ ਤਾਂ ਇਹਨਾਂ ਨੂੰ ਵੀ ਕਹਿ ਕਹਿ ਕੇ ਕਿ ਹਰਗੇ ਵੀ ਤੁਸੀਂ ਇਹਨਾਂ ਨੂੰ ਮਾਫੀਆ ਨੂੰ ਬੰਦ ਕਰੋ ਤਾਂ ਕਿ ਲੋਕਾਂ ਨੂੰ ਕੁਝ ਮਨਮੋਟੇ ਫੈਸਿਲਿਟੀ ਮਿਲੇ ਪਰ ਨਹੀਂ ਲੋਕ ਤਾਂ ਖਾਣ ਤੇ ਲੱਗੇ ਹੋਏ ਆ ਇਹ ਸਿਰਫ ਗੱਲਾਂ ਵਾਲੇ ਇਹਨਾਂ ਨੇ ਲੋਕਾਂ ਨੂੰ ਕੁਝ ਡਿਲੀਵਰ ਕਰਨਾ ਨਹੀਂ ਹੈ ਇਹਨਾਂ ਦਾ ਮੇਨ ਮੋਟਿਵ ਸੀਗਾ ਉਹ ਸੀਗਾ ਲੁੱਟਣਾ ਪੈਸੇ ਲਾਓ ਪੈਸੇ ਕਮਾਓ ਬਿਜ਼ਨਸ ਬਣਾਇਆ ਹੋਇਆ ਸੀ ਰਾਜਨੀਤੀ ਨੂੰ ਅਸੀਂ ਰਾਜਨੀਤੀ ਨੂੰ ਬਦਲਣਾ ਹੈ ਤੇ ਤੁਹਾਡੇ ਸਾਹਮਣੇ ਹੁਣ ਬਦਲ ਰਹੀ ਹੈ ਰਾਜਨੀਤੀ ਸਾਡੇ ਪ੍ਰੈਸ਼ਰ 'ਚ ਇਹ ਜੇ 300 ਜੁੰਟ ਮਾਫ ਕਰਦੇ ਆ ਤਾਂ ਮੈਂ ਕਹਿੰਦਾ ਵੀ ਇਹ ਰਾਜਨੀਤੀ ਦਾ ਇੱਕ ਬਦਲਾਅ ਵੱਲ ਪਹਿਲਾ ਕਦਮ ਹੈ ਲੇਕਿਨ ਫਿਰ ਵੀ ਪਲਾਨਿੰਗ ਕੀ ਹੈ ਕਿਉਂਕਿ ਦਿੱਲੀ ਨੂੰ ਜਿਸ ਤਰ੍ਹਾਂ ਕੇਜਰੀਵਾਲ ਨੇ ਹੈਂਡਲ ਕੀਤਾ ਐਜੂਕੇਸ਼ਨ ਉੱਥੇ ਅਪਗ੍ਰੇਡ ਹੋਈ ਹੈ ਹੈਲਥ ਸੈਕਟਰ ਅਪਗ੍ਰੇਡ ਹੋਇਆ ਔਰ ਜਿੱਦਾਂ ਤੁਸੀਂ ਕਿਹਾ ਕਿ ਪੰਜਾਬ ਇੱਕ ਬਹੁਤ ਹੀ ਵੱਡਾ ਸਟੇਟ ਹੈ ਐਸ ਕੰਪੇਅਰ ਟੂ ਦਿੱਲੀ ਕਿਉਂਕਿ ਦਿੱਲੀ ਬਹੁਤ ਛੋਟਾ ਹੈ ਪੰਜਾਬ ਬਹੁਤ ਵੱਡਾ ਹੈ ਕਿਸ ਤਰ੍ਹਾਂ ਡੀਲ ਕਰੋਗੇ ਜਿਹੜੇ ਫੰਡਸ ਹੈ ਉਹ ਕਿੱਥੋਂ ਲਿਆਉਗੇ ਮਤਲਬ ਤੁਸੀਂ ਵੀ ਕਿਤੇ ਐ ਪਲਾਨ ਕਰ ਰਹੇ ਹੋ ਵੀ ਅਸੀਂ ਆ ਕੇ ਐਕਸਟਰਾ ਟੈਕਸਿਸ ਲਗਾ ਦਾਂਗੇ ਜਿਸ ਨਾਲ ਇਨਕਮ ਹੋਏਗੀ ਸਟੇਟ ਨੂੰ ਔਰ ਫਿਰ ਤੁਸੀਂ ਡਿਵੈਲਪਮੈਂਟ ਕਰੋਗੇ ਜਾਂ ਕੁਝ ਹੋਰ ਪਲਾਨ ਸੁਖਵੀਰ ਜੀ ਪੈਸੇ ਦੀ ਸਰਕਾਰਾਂ ਚ ਘਾਟ ਹੀ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਕਿਉਂਕਿ ਅਸੀਂ ਦੇਖ ਚੁੱਕੇ ਹਾਂ 30000 ਕਰੋੜ ਦਾ ਬਜਟ ਸਾਨੂੰ ਦਿੱਲੀ ਮਿਲਿਆ ਸੀਗਾ ਤੇ ਘਾਟੇ ਸਰਕਾਰ ਚੱਲ ਰਹੀ ਸੀ ਅਸੀਂ ਉਸੇ ਸਰਕਾਰ ਨੂੰ ਸਰਪਲਸ 'ਚ ਲੈ ਕੇ ਗਏ ਤੇ ਫੈਸਿਲਿਟੀਆਂ ਦਿੱਤੀਆਂ ਸੇਮ ਪੈਟਰਨ ਇੱਥੇ ਹੋਊਗਾ ਇੱਥੇ ਜਿਹੜਾ ਹੁਣ ਘਾਟੇ ਵਾਲਾ ਬਜਟ ਪੇਸ਼ ਹੋ ਰਿਹਾ ਸਰਕਾਰ ਲੋਨ ਤੱਕ ਨਹੀਂ ਤਾਰ ਪਾ ਰਹੀ ਆਪਣੀ ਲੋਨ ਦੀਆਂ ਕਿਸ਼ਤਾਂ ਦੇਣ ਵਾਸਤੇ ਲੋਨ ਲੈ ਰਹੀ ਹੈ ਤੁਸੀਂ ਜਦੋਂ ਇੱਥੇ ਅਸੀਂ ਕਰਾਪਸ਼ਨ ਬੰਦ ਕਰ ਦੇਣੀ ਹਾਂਜੀ ਪੂਰੀ ਪਲੱਗ ਕਰ ਦੇਣੀ ਕਰਾਪਸ਼ਨ 'ਚ ਕਿਤੇ ਸੁਈ ਜਿੰਨਾ ਵੀ ਨੱਕਰ ਜਿੰਨਾ ਉਹ ਨਹੀਂ ਰਹੂਗਾ ਰਾਹ ਕਿਸੇ ਨੂੰ ਲੁੱਟਣ ਨੂੰ ਇਸ ਕਰਕੇ ਇੱਥੇ ਜਦੋਂ ਪੈਸਾ ਸਰਕਾਰੀ ਖਜ਼ਾਨੇ ਜਾਊਗਾ ਨਾ ਖਜ਼ਾਨਾ ਵਧੂਗਾ ਤੇ ਫੈਸਿਲਿਟੀ ਤੁਸੀਂ ਜਿੰਨੀ ਮਰਜ਼ੀ ਦੇ ਲਓ ਤੁਹਾਨੂੰ ਟੈਕਸ ਘਟਾਉਣੇ ਪੈਣੇ ਟੈਕਸ ਵਧਾਉਣੇ ਨਹੀਂ ਪੈਣੇ ਇਹ ਤੁਹਾਨੂੰ ਅਸੀਂ ਅੱਜ ਗਰੰਟੀ ਦਿੰਨੇ ਅਸੀਂ ਕਿਉਂਕਿ ਉੱਥੇ ਅਸੀਂ ਵੈਟ 15% ਸੀ ਅਸੀਂ 5% ਕੀਤਾ 10% ਅਸੀਂ ਵੈਟ 'ਚ ਰੀਲੀਫ ਦੇ ਕੇ ਖਜ਼ਾਨਾ ਵਧਾਇਆ ਟੈਕਸ ਐਕਸਟਰਾ ਟੈਕਸ ਨਹੀਂ ਲਾਇਆ ਟੈਕਸ ਤਾਂ ਲੋਕਾਂ ਤੇ ਤਾਂ ਲਾਇਆ ਜਾਂਦਾ ਕਿਉਂਕਿ ਇਹ ਜਿੰਨਾ ਮਾਲ ਆਪਸ਼ਕ ਜਾਂਦੇ ਫਿਰ ਲੋਕ ਇਹਨਾਂ ਕੋਲ ਦੇਣ ਨੂੰ ਕੁਝ ਨਹੀਂ ਵੱਜਦਾ ਲੋਕਾਂ ਨੂੰ ਹੋਰ ਤੇਲ ਤੇ ਲਾ ਦਿੰਨੇ ਡੀਜ਼ਲ ਦੇਖੋ ਅੱਜ ਕਿੰਨਾ ਮਹਿੰਗਾ ਹੋ ਗਿਆ ਮਤਲਬ ਅੱਜ ਹਰ ਇੱਕ ਚੀਜ਼ ਤਾਂ ਔਖਾ ਹੋਇਆ ਪਰ ਟਰਾਂਸਪੋਰਟ ਲਾਈਨ ਪੂਰੀ ਡੈੱਡ ਹੋ ਗਈ ਡੀਜ਼ਲ ਇਹਨਾਂ ਵਧਾਤੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ ਮਤਲਬ ਟਰੱਕ ਆਪਰੇਟਰ ਬੱਸ ਆਪਰੇਟਰ ਟੈਕਸੀ ਆਪਰੇਟਰ ਸਾਰੇ ਰੋ ਰਹੇ ਕਿਸੇ ਨੂੰ ਬੱਚੇ ਪਾਲਣੇ ਮੁਸ਼ਕਲ ਹੋਵੇ ਕਿਸ਼ਤ ਕਿਸੇ ਦਿਨ ਨਹੀਂ ਜਾਂਦੀ ਤੇਲ ਇਹਨਾਂ ਵਧ ਗਿਆ ਹੈ ਇਹ ਕਿਉਂ ਵੱਧਾ ਕਿਉਂਕਿ ਇਹਨਾਂ ਦੇ ਖਜ਼ਾਨੇ 'ਚ ਜਾਂਦਾ ਨਹੀਂ ਉਹ ਤੇਲ ਤੇ ਸਿੱਧਾ ਠੋਕ ਦਿੰਨੇ ਟੈਕਸ ਬਸ ਉਹ ਜਿੰਨਾ ਵੀ ਕਲੈਕਟ ਹੁੰਦਾ ਵਸ ਉਹਦੇ ਨਾਲ ਹੀ ਆਪਣਾ ਕੰਮ ਚੱਲਾਈ ਜਾਣਾ ਗੱਡੀ ਰੋੜੀ ਜਾਣੇ ਇਸ ਕਰਕੇ ਇਹ ਚੀਜ਼ਾਂ ਬੰਦ ਹੋਊਂਗੇ ਟੈਕਸ ਹੋਰ ਅਸੀਂ ਘਟਾਵਾਂਗੇ ਇਸ ਕਰਕੇ ਜਦੋਂ ਟੈਕਸ ਘਟੂਗਾ ਤੇ ਖਜ਼ਾਨਾ ਵੀ ਵਧੂਗਾ ਕਿਉਂਕਿ ਲੋਕ ਜਦੋਂ ਤੁਸੀਂ ਕਿਸੇ ਵੀ ਇੰਡਸਟਰੀ ਨੂੰ ਰਿਲੀਫ ਦਿੰਨੇ ਆ ਤੇ ਉਹਦਾ ਜਿਵੇਂ ਕੋਸਟ ਵੀ ਘਟਦੀ ਹੈ ਜੇ ਹੁਣ ਇੰਡਸਟਰੀ ਨੂੰ ਕੁਝ ਟੈਕਸਾਂ 'ਚ ਰਿਲੀਫ ਦਵਾਂਗੇ ਤੇ ਉਹਦੀ ਪ੍ਰੋਡਕਸ਼ਨ ਕੋਸਟ ਹੈ ਉਹ ਘਟਦੀ ਹੈ ਉਹ ਅੱਗੇ ਜਾ ਕੇ ਚੰਗੀ ਮਾਰਕੀਟਿੰਗ 'ਚ ਉਹਦੀ ਸਟੈਂਡਿੰਗ ਕਪੈਸਿਟੀ ਹੈ ਜਿਹੜੀ ਖੜ ਜਾਂਦੀ ਹੈ ਉਹ ਮਤਲਬ ਮੁਕਾਬਲੇਬਾਜ਼ੀ 'ਚ ਆ ਜਾਂਦਾ ਉਹ ਪੰਜਾਬ ਦੀ ਇੰਡਸਟਰੀ ਕਿਉਂ ਵਹਿ ਲੋ ਟੈਕਸਾਂ ਦੇ ਟੈਕਸ ਟੈਕਸਾਂ ਟੈਕਸ ਲੱਗੇ ਜਾਂਦੇ ਉਹ ਜਿਹੜੀ ਪ੍ਰੋਡਕਸ਼ਨ ਕੋਸਟ ਹੈ ਵਧਦੀ ਜਾਂਦੀ ਹੈ ਇਸ ਕਰਕੇ ਟੈਕਸ ਘਟਾ ਕੇ ਅਸੀਂ ਬਜਟ ਵਧਾਵਾਂਗੇ ਕਿਉਂਕਿ ਜਿੰਨਾ ਉਹਦਾ ਮਾਲ बिकੂਗਾ ਉਹ ਹੋਰ ਬਣਾਊਗਾ ਹੋਰ ਟੈਕਸ ਸਰਕਾਰ ਨੂੰ ਆਊਗਾ ਟੈਕਸ ਵਧਾ ਕੇ ਮਤਲਬ ਇੱਕ ਲੋਕ ਲਾ ਦਿੰਨੇ ਇਹ ਵੀ ਸਾਡਾ ਪ੍ਰੋਡਕਟ ਜਿਹੜਾ ਪੰਜਾਬ ਦਾ ਇੰਨਾ ਮਹਿੰਗਾ ਹੋ ਜਾਂਦਾ ਕੋਈ ਖਰੀਦਦਾ ਨਹੀਂ ਮਤਲਬ ਇਹ ਟੈਕਸ ਵਧਾ ਕੇ ਨਹੀਂ ਹੁੰਦਾ ਜਦੋਂ ਤੁਸੀਂ ਮੁਕਾਬਲੇਬਾਜ਼ੀ 'ਚ ਹੁੰਦੇ ਕੰਪੀਟੀਸ਼ਨ ਦੇ ਮਾਰਕੀਟ 'ਚ ਤੁਸੀਂ ਰਹਿੰਨੇ ਹੋ ਵਰਲਡ 'ਚ ਉੱਥੇ ਟੈਕਸ ਜਿੰਨਾ ਜਿਵੇਂ ਚైనా ਹੈ ਚైనా ਬਿਜਲੀ ਫ੍ਰੀ ਵਾਂਗ ਹੈ ਇੰਡਸਟਰੀ ਨੂੰ ਵੀ ਉਹਨਾਂ ਦੀ ਜਿਹੜੀ ਇਨਪੁਟ ਕਾਸਟ ਹੈ ਪ੍ਰੋਡਕਟ ਬਣਾਉਣ ਦੀ ਉਹ ਜ਼ੀਰੋ ਵਾਂਗ ਹੀ ਹੈ ਮਤਲਬ ਵਰਲਡ ਦਾ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ ਕੋਈ ਉਹਨਾਂ ਦੇ ਪ੍ਰੋਡਕਟ ਦੀ ਜਿੰਨੀ ਲੋ ਕੋਸਟ ਹੈਗੀ ਉਹ ਕਿਉਂ ਹੈ ਸਰਕਾਰ ਉਹ ਇੰਡਸਟਰੀ ਲਿਸਟਾਂ ਦੀ ਹੈਲਪ ਕਰਦੀ ਹੈ ਇਸੇ ਕਰਕੇ ਅਸੀਂ ਇੱਥੇ ਹੈਲਪ ਕਰਾਂਗੇ ਕੰਮ ਕਰਨ ਵਾਲੇ ਦੇ ਉਹਨੂੰ ਉਹਦੇ ਅਕੋਰਡਿੰਗ ਪਾਲਿਸੀਆਂ ਬਣਾਵਾਂਗੇ ਖੇਤੀ ਸੈਕਟਰ ਨੂੰ ਚੱਕ ਲੂ ਉਹਨਾਂ ਨੂੰ ਕੀ ਤਕਲੀਫ ਹੈ ਭਾਈ ਤੁਹਾਨੂੰ ਕੀ ਉਹਨਾਂ ਦੇ ਅਕੋਰਡਿੰਗ ਪਾਲਿਸੀਆਂ ਬਣਨਗੇ ਜਿਹੜੀ ਖੇਤੀਬਾੜੀ ਦੇ ਸੰਬੰਧਿਤ ਉਦਯੋਗ ਲੱਗਣ ਉਹਨਾਂ ਨੂੰ ਪੁੱਛਾਂਗੇ ਤੁਹਾਨੂੰ ਕੀ ਪ੍ਰੋਬਲਮ ਹੈ ਉਹਨਾਂ ਦੀ ਪ੍ਰੋਬਲਮ ਦੂਰ ਕਰਾਂਗੇ ਮਤਲਬ ਇੰਨਾ ਕੋਸਟ ਅਸੀਂ ਘਟਾਵਾਂਗੇ ਤਾਂ ਕਿ ਉਹਦੀ ਸਾਈਕਲ ਉਦਾ ਜ਼ਿਆਦਾ ਪ੍ਰੋਡਕਸ਼ਨ ਹੋਵੇ ਤਾਂ ਕਿ ਉਹ ਜ਼ਿਆਦਾ ਵੇਚ ਸਕੇ ਮਾਲ ਉਹਦੇ ਜੋ ਜ਼ਿਆਦਾ ਟੈਕਸ ਆ ਸਕੇ ਤੇ ਉਹਦੇ ਜ਼ਿਆਦਾ ਜਦੋਂ ਪ੍ਰੋਡਕਸ਼ਨ ਹੋਊਗੀ ਉਹਨੂੰ ਮੈਨਪੋਰਸ ਦੀ ਵੀ ਵੱਧ ਲੋਡ ਪੈਣੀ ਆ ਫਿਰ ਰੋਜ਼ਗਾਰ ਖੁੱਲਣਗੇ ਇਸ ਕਰਕੇ ਇਹਨਾਂ ਦਾ ਟੈਕਸ ਤੇ ਟੈਕਸ ਟੈਕਸ ਤੇ ਟੈਕਸ ਲਾ ਕੇ ਮਤਲਬ ਇੰਡਸਟਰੀ ਦਾ ਰੀੜ ਦੀ ਹੱਡੀ ਤੋੜਤੀ ਨਾ ਨਾ ਤੇ ਉਹ ਨਵਾਂ ਪਲਾਂਟ ਆ ਉਦਯੋਗ ਲਾਉਣ ਦੇ ਕਾਬਿਲ ਹੀ ਨਹੀਂ ਰਹਿਗੇ ਉਹ ਪੁਰਾਣੇ ਚ ਉੜ ਜੇ ਪਏ ਆ ਵਿਚਾਰੇ ਇਸ ਕਰਕੇ ਇਹ ਨਹੀਂ ਹੁੰਦਾ ਵੀ ਟੈਕਸ ਵਧਾ ਕੇ ਤੁਸੀਂ ਰੈਵਨਿਊ ਵਧਾਉਣਾ ਹੁੰਦਾ ਟੈਕਸ ਘਟਾ ਕੇ ਵੀ ਰੈਵਨਿਊ ਵਧਦਾ ਇਹ ਤੁਹਾਨੂੰ ਅਸੀਂ ਕਰਕੇ ਦਿਖਾਵਾਂਗੇ ਦਿੱਲੀ ਅਸੀਂ ਕਰਕੇ ਦਿ ਪੈਟਰੋਲ ਡੀਜ਼ਲ ਦੀ ਤੁਸੀਂ ਗੱਲ ਕੀਤੀ ਆ ਫਿਰ ਕੀ ਤੁਸੀਂ ਮਤਲਬ ਇਹ ਤੋਂ ਇਹੀ ਕਹਿਣਾ ਚਾਹੁੰਦੇ ਹੋ ਕਿ ਅਗਰ ਤੁਹਾਡੀ ਪਾਰਟੀ ਜਿਹੜੀ ਉਹ ਸੱਤਾ 'ਚ ਆਂਦੀ ਹੈ ਤਾਂ ਪੈਟਰੋਲ ਡੀਜ਼ਲ ਦੇ ਵੈਟ ਵੀ ਘਟਾਏ ਜਾਣਗੇ ਪੰਜਾਬ 'ਚ ਬਿਲਕੁਲ ਜਦੋਂ ਜੀ ਸਟੇਟ ਸਰਪਲਸ ਹੋ ਜਾਂਦੀ ਹੈ ਜੀ ਤੇ ਸਰਕਾਰਾਂ ਨੂੰ ਪੈਸਾ ਘਰ ਰੱਖਣਾ ਗੱਲ ਤਾਂ ਇਹੀ ਹੁੰਦੀ ਵੀ ਜਦੋਂ ਤੁਹਾਡੇ ਕੋਲ ਸਰਪਲਸ ਹੈ ਪੈਸਾ ਉਹ ਤੁਸੀਂ ਲੋਕਾਂ 'ਚ ਹੀ ਵੰਡਣਾ ਫਿਰ ਚਾਹੇ ਟੈਕਸ ਨੂੰ ਘਟਾ ਕੇ ਤੁਸੀਂ ਰਿਲੀਫ ਦੇ ਦਿਓ ਚਾਹੇ ਕੋਈ ਫੈਸਿਲਿਟੀਆਂ ਵਧਾ ਦਿਓ ਅਕਸਰ ਟੈਕਸ ਦਾ ਜਿਹੜਾ ਪੈਸਾ ਉਹ ਹੈ ਤਾਂ ਲੋਕਾਂ ਦਾ ਪੈਸਾ ਕਿਸੇ ਲੀਡਰਾਂ ਦਾ ਪੈਸਾ ਨਹੀਂ ਹੈ ਇਹ ਲੀਡਰਾਂ ਨੂੰ ਤਾਂ ਜਿਵੇਂ ਟੈਕਸ ਦੇਣ ਵਾਲੇ ਮਾਲਕ ਲੋਕ ਕਹਿੰਗੇ ਉਹ ਲੀਡਰਾਂ ਨੂੰ ਭੇਜਦੇ ਚੌਂਕੀਦਾਰ ਬਣਾ ਕੇ ਵੀ ਜਾਓ ਜਿਹੜੇ ਪਬਲਿਕ ਸਰਵੈਂਟ ਐ ਦੇਖਿਓ ਸਾਡੇ ਪੈਸੇ ਦਾ ਮਿਸਯੂਜ਼ ਨਾ ਕਰਨ ਤੁਸੀਂ ਜਾ ਕੇ ਚੌਂਕੀਦਾਰੀ ਕਰਨੀ ਪਰ ਇਹ ਚੌਂਕੀਦਾਰੀ ਨਹੀਂ ਕਰਦੇ ਇਹ ਉਹਨਾਂ ਦੇ ਨਾਲ ਚੌਂਕੀਦਾਰ ਤੇ ਨੌਕਰ ਮਿਲ ਗਏ ਮਾਲਕ ਨੂੰ ਮੂਰਖ ਬਣਾ ਰਹੇ ਦੋਨੋਂ ਖਾ ਰਹੇ ਦੋਨੋਂ ਹੱਥਾਂ ਨਾਲ ਖਾਣ ਲੱਗੇ ਹੋਏ ਆ ਇਸ ਕਰਕੇ ਜਦੋਂ ਇਹ ਚੋਰੀ ਬੰਦ ਹੋ ਜਾਣੀ ਤੇ ਲੋਕਾਂ ਦਾ ਪੈਸਾ ਲੋਕਾਂ ਨੂੰ ਵਾਪਸ ਜਾਣ ਲੱਗ ਜਾਣਾ ਤੇ ਇਹ ਫਿਰ ਦੇਖਿਓ ਤੁਸੀਂ ਮਤਲਬ ਇੱਕ ਆਪਣੇ ਆਪ ਹੀ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਆਊਗੀ ਇਸ ਕਰਕੇ ਇਹ ਜਿਵੇਂ ਬਾਹਰ ਹੁਣ ਆਪਣੇ ਬੱਚੇ ਕਿਉਂ ਭਜਦੇ ਉੱਥੇ ਲੋਕਾਂ ਦਾ ਪੈਸਾ ਲੋਕਾਂ ਨੂੰ ਵੱਪਸ ਸਰਕਾਰ ਦਿੰਦੀ ਹੈਗੀ ਉਹਨਾਂ ਨੂੰ ਫੈਸਿਲਿਟੀਆਂ ਦੇ ਰੂਪ ਵਿੱਚ ਦਿੰਦੀ ਹੈਗੀ ਤੁਹਾਨੂੰ ਉੱਥੇ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਸਿਰਫ ਤੁਸੀਂ ਆਪਣਾ ਕੰਮਕਾਰ ਕਰੋ ਜੇ ਤੁਹਾਨੂੰ ਬਿਮਾਰ ਹੋਗੇ ਤਾਂ ਵੀ ਸਰਕਾਰ ਨੇ ਦੇਖਣਾ ਤੁਹਾਡੇ ਬੱਚਿਆਂ ਨੂੰ ਦੇਖਣਾ ਤੁਹਾਡਾ ਹੈਲਥ ਸਿਸਟਮ ਸਭ ਕੁਝ ਤੁਸੀਂ ਉਹਨਾਂ ਨੇ ਤੁਹਾਡਾ ਸਰਕਾਰਾਂ ਨੇ ਚੱਕਿਆ ਹੋਇਆ ਇੱਥੇ ਸਰਕਾਰਾਂ ਕੀ ਕਰਦੀਆਂ ਸਭ ਕੁਝ ਪ੍ਰਾਈਵੇਟ ਕਰ ਦੋ ਜੀ ਪ੍ਰਾਈਵੇਟ ਕਰ ਦੋ ਮਤਲਬ ਜੇ ਪ੍ਰਾਈਵੇਟ ਹੀ ਕਰਨਾ ਫਿਰ ਐਡੇ ਵੱਡੇ ਤੁਹਾਨੂੰ OSD ਰੱਖਣ ਦੀ ਆ ਕੋਈ ਮਹਾਰ ਰੱਖਣ ਦੀ ਉਹ ਤੇ ਲੋੜ ਨਹੀਂ ਇਹ ਤਾਂ ਕੋਈ ਮੂਰਖ ਬੰਦਾ ਵੀ ਕਰ ਦੂਗਾ ਪ੍ਰਾਈਵੇਟ ਪ੍ਰਾਈਵੇਟ ਕਰਨ ਨਾਲ ਤਾਂ ਕੁਝ ਨਹੀਂ ਜੇ ਤੁਸੀਂ ਸਭ ਕੁਝ ਪ੍ਰਾਈਵੇਟ ਕਰਦੇ ਬਟਾ ਇਸ ਲੈਣਾ ਬੰਦ ਕਰ ਦੋ ਗੱਲਾਂ ਹੀ ਦੋ ਹੁੰਦੀਆਂ ਨਾ ਸਰਕਾਰ ਟੈਕਸ ਲੈਂਦੀ ਆ ਤਾਂ ਕਿ ਕੁਝ ਲੋਕਾਂ ਨੂੰ ਰਿਲੀਫ ਦੇਵੇ ਜੇ ਤੁਸੀਂ ਸਭ ਕੁਝ ਪ੍ਰਾਈਵੇਟ ਕਰ ਦੇਣਾ ਤੁਸੀਂ ਹੈਲਥ ਸਿਸਟਮ ਪ੍ਰਾਈਵੇਟ ਕਰਦੇ ਤੁਸੀਂ ਐਜੂਕੇਸ਼ਨ ਸਿਸਟਮ ਪ੍ਰਾਈਵੇਟ ਕਰਦੇ ਤੁਸੀਂ ਬਿਜਲੀ ਪ੍ਰਾਈਵੇਟ ਸਮਝੌਤੇ ਕਰਕੇ ਬਿਜਲੀ ਵੀ ਦੇਤੀ ਮਤਲਬ ਇਹ ਜਿਹੜੀਆਂ ਸਾਡੀਆਂ ਮੁੱਢਲੀਆਂ ਸਹੂਲਤਾਂ ਐ ਜਦੋਂ ਤੁਸੀਂ ਇਹਨਾਂ ਨੂੰ ਵੀ ਤੁਸੀਂ ਬਿਜ਼ਨਸ ਚ ਸ਼ਾਮਲ ਕਰ ਦੋਗੇ ਤੇ ਫਿਰ ਲੋਕਾਂ ਨੇ ਟੈਕਸ ਕਿਸ ਕਿਸ ਲਈ ਦੇਣਾ ਤੁਹਾਨੂੰ ਤੁਹਾਨੂੰ ਇੱਥੇ ਬਿਠਾਇਆ ਕਿਹਦੇ ਵਾਸਤੇ ਹੈਗਾ ਤੂੰ ਟੈਕਸ ਬੰਦ ਕਰੋ ਇਸ ਕਰਕੇ ਇਹ ਚੀਜ਼ਾਂ ਨਹੀਂ ਹੁੰਦੀਆਂ ਜਦੋਂ ਤੁਸਾਨੂੰ ਲੋਕ ਟੈਕਸ ਦਿੰਨੇ ਤਾਂ ਉਹਦਾ ਤੁਹਾਨੂੰ ਡਿਲੀਵਰ ਦੇਣਾ ਪੈਂਦਾ ਕੁਛ ਨਾ ਕੁਛ ਕਰਕੇ ਦੇਣਾ ਪੈਂਦਾ ਇਸ ਕਰਕੇ ਸਰਕਾਰਾਂ ਨੂੰ ਵੀ ਜ਼ਿੰਮੇਵਾਰੀ ਸਮਝਣੀ ਪਊਗੀ ਤੇ ਰਾਜਨੀਤੀ ਜਿਹੜੀ ਅਸੀਂ ਕਹਿੰਦੇ ਸੀ ਬਦਲਣੀ ਹੈ ਉਹ ਇਸੇ ਨੂੰ ਅਸੀਂ ਕਹਿੰਦੇ ਸੀ ਜਿਹੜਾ ਲੋਕਾਂ ਦਾ ਪੈਸਾ ਉਹ ਲੋਕਾਂ ਤੇ ਹੀ ਲੱਗੇ ਨਾ ਕਿ ਲੀਡਰਾਂ ਤੇ ਲੱਗੇ ਹੋ ਲੀਡਰਾਂ ਦੇ ਤੁਸੀਂ ਦੇਖ ਲਓ ਇਹਨਾਂ ਦੀ 68 ਬਾਠ ਇਹ ਇਹਨਾਂ ਇਹਨਾਂ ਵਾਸਤੇ ਪੈਸਾ ਨਹੀਂ ਹੈਗਾ ਉਹ ਇਹਨਾਂ ਦੇ 5-5 ਪੈਨਸ਼ਨ ਆ ਇਹ ਸਭ ਬੰਦ ਹੋਣ ਗਿਆ ਅੱਜ ਤੁਹਾਡੇ ਚੈਨਲ ਦੇ ਥਰੂ ਕਹਿਣਾ ਮੈਂ ਅਸੀਂ ਇਹਨਾਂ ਦੀ ਪੈਨਸ਼ਨਾਂ ਵੀ ਬੰਦ ਕਰਾਂਗੇ ਪੈਨਸ਼ਨ ਸਿਰਫ ਉਸ ਆਦਮੀ ਨੂੰ ਮਿਲਣੀ ਚਾਹੀਦੀ ਉਹ ਤੋਂ ਪੁੱਛੋ ਵੀ ਮੇਰੇ ਹੋਰ ਕੋਈ ਸੋਰਸ ਨਹੀਂ ਹੈ ਮੇਰਾ ਲੰਘਾ ਹੈ ਤੁਹਾਡੀ ਐਮਐਲਏ ਦੀ ਐਮਪੀ ਦੀ ਪੈਨਸ਼ਨ ਤੋਂ ਹੀ ਮੇਰਾ ਘਰ ਚੱਲਣਾ ਉਹ ਬੰਦਾ ਕਹੇ ਹੁਣ ਬਾਦਲ ਸਭ ਨੂੰ ਕੀ ਲੋੜ ਹੈ ਉਹ ਦੱਸੇ ਵੀ ਹਾਂ ਮੇਰਾ ਨਹੀਂ ਲੰਘਾ ਲੰਘਦਾ ਪੈਨਸ਼ਨ ਵਿੱਚ ਉਤੇ ਲੋਅ ਰਿਟਰਨ ਚ ਲੋ ਤਾਂ ਕਿ মিডিਆ ਚ ਆਵੇ ਵੀ ਇਹਨੂੰ ਕਿਉਂ ਲੋੜ ਹੈਗੀ ਪੈਨਸ਼ਨ ਦੀ ਇਹ ਚੀਜ਼ਾਂ ਅਸੀਂ ਕਰਕੇ ਦਿਖਾਵਾਂਗੇ ਵੀ ਤਾਂ ਕਿ ਨੰਗੇ ਹੋਣ ਲੋਕ ਵੀ ਜੀ ਨੂੰ ਪੈਨਸ਼ਨ ਦੀ ਲੋੜ ਲਿਖ ਕੇ ਦੋ ਮੇਰਾ ਲੰਘਾ ਨਹੀਂ ਲੰਘਦਾ ਮੈਨੂੰ ਪੈਨਸ਼ਨ ਚਾਹੀਦੀ ਹੈ ਜਿਹੜੇ ਨੂੰ ਲੋੜ ਹੀ ਨਹੀਂ 5 5 ਪੈਨਸ਼ਨਾਂ ਦਾ ਕੋਈ ਮਤਲਬ ਹੈ ਲੋਕ ਮਰ ਰਹੇ 7 7000 ਤੇ 8 8000 ਦੇ ਸਾਡੇ ਟੀਚਰ ਰੱਖੇ ਵੀ ਜਿਹਨਾਂ ਨੇ ਸਾਡਾ ਭਵਿੱਖ ਬਣਾਉਣਾ ਅੱਜ ਸੜਕਾਂ ਤੇ ਟੈਂਕੀਆਂ ਤੇ ਚੜੇ ਹੋਏ ਆ ਦੱਸੋ 7000 8000 ਚ ਘਰ ਚੱਲ ਜੂਗਾ ਬਿਜਲੀ ਦਾ ਬਿੱਲ ਤੁਸੀਂ 10 1000 ਰੁਪਏ ਦੇ ਉਹ ਮਰਨ ਵਾਲੇ ਹੀ ਹੋਏ ਪਏ ਕੰਮ ਇਸ ਕਰਕੇ ਇਹ ਚੀਜ਼ ਨਹੀਂ ਲੋਕ ਤਾਂ ਮਰਨ ਤੱਕ ਤਿਆਰ ਹੋਏ ਪਏ ਆ ਇਹਨਾਂ ਨੂੰ ਚਿੰਤਾ ਨਹੀਂ ਕੋਈ ਸਾਰਾ ਪੰਜਾਬ ਬਿਜਲੀ ਕੱਟ ਲੱਗ ਰਹੇ ਆ ਸੜਕਾਂ ਦੇ ਬੈਠਾ ਕੋਈ ਟੈਨਸ਼ਨ ਹੈ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਕੁਰਸੀ ਪਿੱਛੇ ਲੜਾਈ ਹੋ ਰਹੀ ਹੈ ਲੋਕ ਲੋਕ ਤਾਂ ਏਜੰਡੇ ਤੇ ਨਹੀਂ ਹੈਗੇ ਜਿਹੜੇ ਵਾਅਦੇ ਕੀਤੇ ਸੀ ਮੇਰੇ ਖਾਲੀ ਇੱਕ ਵਾਅਦਾ ਇਹ ਦੱਸਦਣ ਮੈਂ ਅਸੀਂ ਪੂਰਾ ਕੀਤਾ ਬਈ ਇੱਕ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਇਸ ਕਰਕੇ ਜਦੋਂ ਤੁਸੀਂ ਲੋਕਾਂ ਕੋਲ ਜਾਂਦੇ ਲੋਕਾਂ ਤੋਂ ਸਿਰਫ ਸੇਵਾ ਲਈ ਹੀ ਵੋਟ ਮੰਗੀ ਜਾਂਦੀ ਹੈ ਨਾ ਕਿ ਉੱਥੇ ਇਹਨਾਂ ਦੇ ਉੱਪਰ ਵੀਆਈਪੀ ਬਣ ਕੇ ਖੜਨਾ ਹੁਣ ਲੋਕਾਂ ਨੂੰ ਆਮ ਆਦਮੀ ਪਾਰਟੀ ਆਉਣ ਤੇ ਬਾਅਦ ਕੁਐਸਚਨ ਕਰਨ ਲਈ ਇਹਨਾਂ ਨੂੰ ਦੇਖ ਹੁਣ ਲੋਕ ਕਿਵੇਂ ਖੜਦੇ ਇਹਨਾਂ ਦੇ ਭਵੰਤਮਨ ਨੇ ਕਿਹਾ ਵੀ ਪੁੱਛਿਆ ਕਰੋ ਜਿਹੜਾ ਤੁਸਾਨੂੰ ਜਿਤਾ ਕੇ ਭੇਜਿਆ ਤੁਸੀਂ ਐਨੇ ਵਾਦੇ ਕੀਤੇ ਸੀ ਪੁੱਛਿਆ ਕਰੋ ਸਵਾਲ ਕਰਿਆ ਕਰੋ ਆਪ ਪਾਰਟੀ ਨੂੰ ਵੀ ਕਰਿਆ ਕਰੋ ਸਭ ਨੂੰ ਸਵਾਲ ਕਰੋ ਦੇਖੋ ਵਿਰੋਧ ਕਰਨਾ ਕਿਸੇ ਨੂੰ ਮਤਲਬ ਜਲੀਲ ਕਰਨਾ ਨਹੀਂ ਹੁੰਦਾ ਹੈਗਾ ਤੁਸੀਂ ਮੈਂ ਪਿੰਡਾਂ ਵਾਲਿਆਂ ਨੂੰ ਵੀ ਕਹਿੰਦਾ ਜਿਹੜਾ ਵੀ ਘੇਰਦੇ ਆ ਸਵਾਲ ਕਰੋ ਇੱਕ ਲਿਸਟ ਬਣਾਇਆ ਕਰੋ ਵੀ ਆਹ ਤੂੰ ਵਾਦਾ ਕੀਤਾ ਸੀ ਭਾਈ ਦੱਸੇ ਵਾਦਾ ਪੂਰਾ ਕੀਤਾ ਕਿ ਨਹੀਂ ਕੀਤਾ ਜੇ ਨਹੀਂ ਕੀਤਾ ਤਾਂ ਹੁਣ ਵੋਟ ਮੰਗਣ ਕਿਉਂ ਆਇਆ ਇਸ ਕਰਕੇ ਇਹ ਚੀਜ਼ਾਂ ਇਹ ਨਾ ਹੋਵੇ ਵੀ ਜਿੰਦਾਬਾਦ ਮੁਰਦਾਬਾਦ ਨਾ ਤਾਂ ਉਹਨੂੰ ਕੋਈ ਸਮਝ ਆਉਂਦਾ ਨਾ ਹੋਰ ਨਹੀਂ ਸਵਾਲ ਕਰੋ ਸਵਾਲ ਵੈਲਿਡ ਹੋਣ ਜੇ ਉਹਦੇ ਕੋਲ ਉੱਤਰ ਹੈਗਾ ਤਾਂ ਠੀਕ ਹੈ ਵੋਟਾਂ ਪਾ ਦਿਓ ਜੇ ਉੱਤਰ ਨਹੀਂ ਹੈ ਤਾਂ ਉਹਨੂੰ ਹੱਥ ਜੋੜੋ ਵੀ ਭਾਈ ਹੁਣ ਅੱਗੇ ਨੂੰ ਵੋਟ ਤਨੂੰ ਨਹੀਂ ਪਾਉਣੀ ਭਾਈ ਤੂੰ ਤੂੰ ਵਾਦੇ ਪਿਛਲੇ ਪੂਰੇ ਨਹੀਂ ਕੀਤੇ ਦੇਖੋ ਇੱਕ ਸੱਭਿਆ ਸੱਭਿਕ ਸਮਾਜ ਚ ਅਸੀਂ ਰਹਿੰਦੇ ਹਾਂ ਕਿਸੇ ਦੀ ਬੇਇੱਜ਼ਤੀ ਨਾ ਕਰੋ ਸਵਾਲ ਪੁੱਛੋ ਜਾਇਜ਼ ਪੁੱਛੋ ਤੇ ਜੇ ਨਹੀਂ ਉਹਨੇ ਪੂਰੇ ਕੀਤੇ ਉਹਨੂੰ ਹੱਥ ਜੋੜ ਦੋ ਜੇ ਉਹਨੇ ਪੂਰੇ ਕੀਤੇ ਤਾਂ ਵੋਟ ਪਾਓ ਜੀ ਜੀ ਇਕਵਾਲ ਜੀ ਬਿਜਲੀ ਦੀ ਗੱਲ ਇੱਥੇ ਹੋ ਰਹੀ ਹੈ ਲੇਕਿਨ ਪੰਜਾਬ 'ਚ ਇੱਕ ਬਹੁਤ ਵੱਡਾ ਚੈਲੰਜ ਆਮ ਆਦਮੀ ਪਾਰਟੀ ਲਈ ਹੋਏਗਾ ਅਗਰ ਪਾਰਟੀ ਸੱਤਾ 'ਚ ਆਂਦੀ ਹੈ ਤੇ ਉਹ ਹੈ ਕਿ ਪੰਜਾਬ ਨੂੰ ਕਰਜ਼ ਮੁਕਤ ਕਰਾਣਾ ਬਹੁਤ ਵੱਡਾ ਇੱਕ ਡੈਬਟ ਜਿਹੜਾ ਹੈ ਪੰਜਾਬ ਦੇ ਉੱਪਰ ਹੈ ਉਹ ਉਹਦੇ ਉਹਨੂੰ ਹੱਲ ਕਰਨ ਵਾਸਤੇ ਕੋਈ ਪਲਾਨ ਪਾਰਟੀ ਨੇ ਤਿਆਰ ਕੀਤਾ ਕਿ ਕਿਸ ਤਰ੍ਹਾਂ ਉਹਨੂੰ ਹੱਲ ਕੀਤਾ ਜਾਏਗਾ ਦੇਖੋ ਜੀ ਸਾਰੇ ਕੁੱਲ ਮਿਲਾ ਕੇ ਉਹੀ ਹੈ ਕਿ ਵੀ ਇਹਦੀ ਜੜ 'ਚ ਕੀ ਹੈ ਕਰਪਸ਼ਨ ਬੈਠੀ ਹੈ ਜੀ ਹੁਣ ਜਿਆਦਾ ਇਹਦੇ 'ਚ ਕੋਈ ਫਾਰਮੂਲਾ ਨਹੀਂ ਕੋਈ ਰੌਕਟ ਸਾਇੰਸ ਨਹੀਂ ਹੈ ਤੁਸੀਂ ਇੱਕ ਇਮਾਨਦਾਰ ਸੀਐਮ ਚੁਣ ਲਓ ਪੰਜਾਬ ਵਾਸੀਆਂ ਨੂੰ ਵੀ ਮੇਰੀ ਹੱਥ ਜੋੜ ਕੇ ਪੀਲਾ ਬਾਈ ਤੁਹਾਡੇ ਕੋਲ ਲਾਸਟ ਹੈਗਾ ਇੱਕ ਇਮਾਨਦਾਰ ਸੀਐਮ ਚੁਣ ਲਿਆ ਉਹਨਾਂ ਇਮਾਨਦਾਰ ਚੀਫ ਸੈਕਟਰੀ ਚੁਣ ਲਿਆ ਇਮਾਨਦਾਰ ਚੀਫ ਸੈਕਟਰੀ ਨੇ ਕੀ ਕਰਨਾ ਇਮਾਨਦਾਰ ਡੀਸੀ ਚੁਣ ਲੈਣਾ ਹੈ ਡੀਸੀ ਨੇ ਥੱਲੇ ਹੋਰ ਸਟਾਫ ਇਮਾਨਦਾਰ ਲਾ ਲੈਣਾ ਠੀਕ ਹੈ ਇੱਕ ਲਾਈਨ ਥੋੜੀ ਇਮਾਨਦਾਰਾਂ ਦੀ ਹੋ ਗਈ ਜਿੱਥੇ ਟੈਕਸ ਲੀਕੇਜ ਹੁੰਦੀ ਹੈ ਦੂਜਾ ਗੱਲ ਆਪਣਾ ਪੁਲਿਸ ਦਾ ਤੰਤਰ ਜਿੱਥੇ ਚਿੱਟਾ ਸਮਗਲਿੰਗ ਹੋਰ ਕਿੰਨੇ ਮਾਫੀਆ ਚੱਲਦੇ ਆਂਗੇ ਜਿਹੜਾ ਉਹਨੂੰ ਨੱਥ ਪਾਉਣੀ ਉੱਥੇ ਇੱਕ ਇਮਾਨਦਾਰ ਸੀਐਮ ਨਾ ਇਮਾਨਦਾਰ ਡੀਜੀਪੀ ਲਾ ਲੈਣਾ ਇਮਾਨਦਾਰ ਡੀਜੀਪੀ ਨਾ ਐਸਐਸਪੀ ਇਮਾਨਦਾਰ ਲਾ ਲੈਣੇ ਐਸਐਸਪੀ ਨਾ ਚੰਗੇ ਐਸਐਚਓ ਥਾਣਿਆਂ ਚ ਲਾ ਲੈਣੇ ਤੇ ਕਿਤੇ ਦੱਸੋ ਮੰਨੂੰ ਕਿਤੇ ਕਰਾਪਸ਼ਨ ਵਾਸਤੇ ਜਗ੍ਹਾ ਰਹਿ ਜਾਂਦੀ ਉਤੋਂ ਬਾਅਦ ਹੈਲਪ ਕਰਨ ਵਾਸਤੇ ਇਸ ਲੋਕਤੰਤਰ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਲੋਕਾਂ ਨੇ ਸਾਨੂੰ ਦੇਣਗੇ ਕਿਉਂਕਿ ਸਾਡੇ ਕੋਲ ਕੋਰਟਾਂ ਤੋਂ ਵੀ ਉੱਪਰ ਇੱਕ ਸ਼ਕਤੀ ਹੁੰਦੀ ਜਿਹੜੀ ਚੁਣ ਚੁਣੇ ਹੋਏ ਨੁਮਾਇੰਦੇ ਇਹਨਾਂ ਕੋਲ ਕੋਰਟਾਂ ਨਾਲੋਂ ਵੀ ਉੱਪਰ ਹੈ ਕਿਉਂਕਿ ਕੋਰਟਾਂ ਨੇ ਜਿਹੜੇ ਵਿਧਾਨ ਸਭਾ ਨੇ ਜਾਂ ਸੰਸਦ ਨੇ ਕਾਨੂੰਨ ਬਣਾਉਣੇ ਉਹਨਾਂ ਤੇ ਹੀ ਫੈਸਲੇ ਸੁਣਾਉਂਦੇ ਹਨ ਮਤਲਬ ਐਡੀ ਸ਼ਕਤੀ ਲੋਕਧੰਨੇ ਤੁਹਾਨੂੰ ਵੀ ਤੁਸੀਂ ਕੋਰਟ ਤੋਂ ਵੀ ਉੱਪਰ ਹੈ ਜੇ ਤੁਹਾਨੂੰ ਕਿਤੇ ਦਿੱਕਤ ਆਉਂਦੀ ਜਿਵੇਂ ਹੁਣ ਬਿਜਲੀ ਸਮਝੌਤੇ ਤੁਸੀਂ ਉਹਨੂੰ ਵੀ ਰੱਦ ਕਰ ਸਕਦੇ ਹੋ ਕੋਈ ਸਮਝੌਤਾ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ ਤੁਸੀਂ ਕਾਨੂੰਨ ਬਣਾ ਕੇ ਕਰ ਦੋ ਜਿਹੜਾ ਤੁਹਾਨੂੰ ਲੱਗਦਾ ਬੜਿੱਕਾ ਇੱਥੇ ਉਹਨੂੰ ਕਾਨੂੰਨ ਬਣਾ ਦਿਓ ਕਾਨੂੰਨ ਬਣਾ ਕੇ ਸਮਝਾਤਾ ਰੱਦ ਹੋ ਜਾਊਗਾ ਜਿਹੜੀ ਚੀਜ਼ ਲੋਕ ਇੱਛਤ ਹੈ ਸੁਖਵੀਰ ਜੀ ਉਹ ਨੂੰ ਤਾਂ ਤੁਸੀਂ ਐਗਰੀਮੈਂਟ ਤਾਂ ਕੀ ਤੁਸੀਂ ਕਾਨੂੰਨ ਮਿਹਨੂ ਦੇ ਖਿਲਾਫ ਬਣਾ ਸਕਦੇ ਆਪਣੇ ਸੰਵਿਧਾਨ ਚ ਜੀ ਬਿਜਲੀ ਹੈ ਜਿਹੜੀ ਸਾਡੀ ਮੁੱਢਲੀ ਸਹੂਲਤਾਂ ਚ ਆਉਂਦੀ ਹੁਣ ਤੁਹਾਨੂੰ ਮੈਂ ਦੱਸ ਦਿੰਨਾ ਸਮਝਾਉਂਦੇ ਰੱਦ ਕਿਵੇਂ ਹੋਊਗਾ ਹੁਣ ਕਿਸੇ ਦੇ ਕਿਸਾਨ ਦੇ ਖੇਤ ਚ ਨੂੰ ਮਤਲਬ ਲਾਈਨ ਕੱਢਣੀ ਹੋਵੇ ਬਿਜਲੀ ਦੀ ਖੰਭਾ ਉਹ ਖੇਤ ਦੇ ਵਿਚਾਲੇ ਲਾ ਦੇਣੇ ਜਹ ਪਿੱਟਦਾ ਰਹੇ ਹੋ ਕਿਸਾਨ ਕੋਟ ਚਲੇ ਜਾਵੇ ਪਰ ਉਹਨੂੰ ਦੀ ਕੋਈ ਸੁਣਵਾਏ ਨਹੀਂ ਕਿਉਂਕਿ ਇਹ ਆਪਣੇ ਮੋੜਲੀ ਸਹੂਲਤਾਂ 'ਚ ਬਿਜਲੀ ਆਉਂਦੀ ਹੈ ਉੱਥੋਂ ਲੈਨ ਜਾਊਗੀ ਜਾਊਗੀ ਰੋਕ ਨਹੀਂ ਸਕਦੇ ਤੁਸੀਂ ਜਦੋਂ ਇਹ ਤੁਸੀਂ ਲੈਨ ਨਹੀਂ ਰੋਕ ਸਕਦੇ ਉਹ ਕਿਸਾਨ ਦੇ ਖੇਤ ਦੇ ਵਿੱਚ ਨੂੰ ਚਲੇ ਜਾਂਦੀ ਹੈ ਫਿਰ ਬਿਜਲੀ ਸਮਝੌਤੇ ਕਿਵੇਂ ਹੋਗੇ ਬਿਜਲੀ ਸਮਝੌਤੇ ਇਹ ਕਿਵੇਂ ਇਹ ਵੀ ਰੱਦ ਹੋ ਸਕਦੇ ਉਸ ਇਹ ਲੋਕ ਇਸ ਤਣ ਢਾ ਲਾਉਣ ਵਾਲੇ ਹਨ ਜੇ ਲੋਕ ਇਤਨੂੰ ਢਾ ਲਾਉਣ ਵਾਲੀ ਚੀਜ਼ ਤੁਸੀਂ ਇੱਕ ਲੇਨ ਖੇਤ ਚ ਨੂੰ ਧੱਕੇ ਦੇ ਘੜਦੰਨੇ ਉਹਨੂੰ ਕਿਰਾਇਆ ਵੀ ਨਹੀਂ ਦਿੰਦੇ ਤੇ ਦੇਖ ਲਓ ਤੁਸੀਂ ਕਿੰਨੇ ਪੰਜਾਬ ਚ ਲੈਣਾ ਆ ਗਿਆਂ ਕੋਈ ਕਿਸੇ ਨੂੰ ਕਿਰਾਇਆ ਦਿੰਦਾ ਬਿਲਕੁਲ ਕਿਉਂਕਿ ਲੋਕ ਹਿੱਤ ਚਾਹੁੰਦਾ ਜਿਹੜੀ ਚੀਜ਼ ਲੋਕ ਹਿੱਤ ਚ ਹੈ ਉਹਨੂੰ ਤੁਸੀਂ ਕਿਸੇ ਨੂੰ ਵੇਚ ਨਹੀਂ ਸਕਦੇ ਲੋਕਾਂ ਦੇ ਹਿੱਤ ਵਿੱਚੇ ਨਹੀਂ ਜਾ ਸਕਦੇ ਇਹਨਾਂ ਨੇ ਲੋਕਾਂ ਦੇ ਹਿੱਤ ਵਿੱਚੇ ਇਸ ਕਰਕੇ ਇਹ ਸਮਝੌਤੇ ਰੱਦ ਕਰਨੇ ਤਾਂ ਮਿੰਟ ਦਾ ਗੱਲ ਹੈ ਅੱਛਾ ਹੁਣ ਕਈ ਬੰਦੇ ਕਹਿੰਦੇ ਨੇ ਵੀ ਤੁਸੀਂ ਦਿੱਲੀ ਤਾਂ ਕੰਪਨੀਆਂ ਦੇ ਸਮਝੌਤੇ ਰੱਦ ਨਹੀਂ ਕੀਤੇ ਹਾਂ ਇੱਥੇ ਮੈਂ ਤੁਹਾਨੂੰ ਇੱਕ ਕਲੀਅਰ ਕਰ ਦਿੰਦਾ ਅਸੀਂ ਇੱਥੇ ਵੀ ਕੰਪਨੀਆਂ ਨੂੰ ਭਜਾਉਣਾ ਨਹੀਂ ਚਾਹੁੰਦੇ ਸਾਨੂੰ ਬਿਜਲੀ ਦੀ ਲੋੜ ਹੈ ਅਸੀਂ ਸਮਝੌਤੇ ਰੱਦ ਕਰਕੇ ਇਹਨਾਂ ਨੂੰ ਨਵੇਂ ਸਮਝੌਤੇ ਕਰਾਂਗੇ ਉਹਨੂੰ ਕਹਿੰਦੇ ਨੇ ਰਿਵਿਊ ਕਰਾਂਗੇ ਵੀ ਦੇਖੋ ਜੇ ਮਾਰਕੀਟ 'ਚ ਰੇਟ ਸਾਨੂੰ 2.5 ਰੁਪਏ ਮਿਲਦਾ ਹੈ ਜੇ ਤਾਂ ਉਹਦੇ ਅਕੋਰਡਿੰਗ ਤੁਸੀਂ ਰੇਟ ਬੰਨਣੇ ਆ ਤਾਂ ਤੁਹਾਡੂੰ ਹੱਥ ਬੰਨ ਕੇ ਤੁਹਾਤੋਂ ਪਹਿਲਾਂ ਲੈਾਂਗੇ ਕਿਉਂਕਿ ਤੁਸੀਂ ਇਨਵੈਸਟ ਸਾਡੇ ਪੰਜਾਬ 'ਚ ਕੀਤਾ ਜੇ ਤੁਸੀਂ ਕਹਿੰਦੇ ਵੀ ਨਹੀਂ ਜੋ ਪਹਿਲਾਂ ਰੇਟ ਸੀ ਜੇ ਸਤਾ ਉਸ ਦੇ ਅਕੋਰਡਿੰਗ ਵੇਚਣਾ ਫਿਰ ਉਹਨਾਂ ਨੂੰ ਕਹੋਗੇ ਠੀਕ ਹੈ ਥਰਮਲ ਤੁਹਾਡੇ ਲੱਗੇ ਹੋ ਤੁਸੀਂ ਬਾਹਰ ਵੇਚ ਲਓ ਅਸੀਂ ਆਪਣੇ ਪਬਲਿਕ ਸੈਕਟਰ ਦੇ ਥਰਮਲ ਲਾ ਲੈਣੇ ਅਸੀਂ ਚਾਹੇ ਪਬਲਿਕ ਸੈਕਟਰ ਤੋਂ ਲਈਏ ਚਾਹੇ ਅਸੀਂ ਕੇਂਦਰੀ ਪੂਲ ਤੋਂ ਲਈਏ ਬਿਜਲੀ ਉਹ ਜਿਵੇਂ ਦਿੱਲੀ ਸਾਡੇ ਕੋਲ ਕੋਈ ਥਰਮਲ ਨਹੀਂ ਹੈਗਾ ਅਸੀਂ ਬਿਜਲੀ 24 ਘੰਟੇ ਦੇ ਰਹੇ ਹਾਂ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਉਹ ਬਾਅਦ ਆਪ ਉਹਨਾਂ ਨਾਲ ਡਿਸਕਸਨ ਕਰਾਂਗੇ ਦਿੱਲੀ ਉਹਨਾਂ ਨੂੰ ਫਿਰ ਰਿਵਿਊ ਕਰਨੇ ਪਏ ਉੱਥੇ ਸਮਝੌਤੇ ਫਿਰ ਉਹਨਾਂ ਨੂੰ ਕਹਾਂਗੇ ਰੱਦ ਨਾ ਕਰੋ ਅਸੀਂ ਤੁਹਾਨੂੰ ਰੇਟ ਘਟਾ ਕੇ ਦੇ ਦਿੰਨੇ ਹਾਂ ਮਤਲਬ ਉੱਥੇ ਜਿਹੜੀਆਂ ਚੀਜ਼ਾਂ ਨਾ ਉਹ ਮੈਂ ਇੱਥੇ ਹੋਊਗਾ ਇੱਥੇ ਆਡਿਟ ਕਰਾਵਾਂਗੇ ਕਿਹੜੇ ਪਾਰਟੀ ਨੂੰ ਕਿੰਨਾ ਸ਼ੇਅਰ ਜਾਂਦਾ ਰਿਹਾ ਹੈ ਇਹ ਨਾ ਥਰਮਲ ਪਲਾਂਟਾਂ ਤੋਂ ਲੋਕਾਂ ਦਾ ਤੁਸੀਂ ਮਾਰ ਨਾਲ ਲਿਆ ਹੋਇਆ ਇਹ ਪੈਸਾ ਲੁੱਟਿਆ ਕਿਹਦੀ ਜੇਬ ਵਿੱਚ ਗਿਆ ਪਹਿਲਾਂ ਅਕਾਲੀਆਂ ਦੀ ਜੇਬ ਵਿੱਚ ਜਾਂਦਾ ਸੀ ਹੁਣ ਇਹ ਕਾਂਗਰਸੀਆਂ ਦੀ ਜੇਬ ਵਿੱਚ ਜਾ ਰਿਹਾ ਹੁਣ ਕਿਵੇਂ ਕਾਂਗਰਸੀ ਕਹਿੰਦੇ ਵੀ ਇਹ ਸਮਝੌਤਾ ਰੱਦ ਕਰੂਗੇ 6.5 ਤੋਂ ਸਾਲ ਤੋਂ ਤੁਸੀਂ ਮਲਾਈ ਖਾ ਰਹੇ ਸੀ ਫਿਰ ਇਹਦਾ ਮਤਲਬ ਜੇ ਤੁਹਾਨੂੰ ਹੁਣ ਯਾਦ ਆ ਗਈ ਵੀ ਸਮਝੌਤੇ ਰੱਦ ਹੋ ਸਕਦੇ ਆ ਤਾਂ ਸਾਢੇ 4 ਸਾਲ ਪਹਿਲਾਂ ਕਿਉਂ ਨਹੀਂ ਕੀਤੇ ਸਾਢੇ 4 ਸਾਲ ਦਾ ਉਹ ਪੈਸਾ ਕਿਹਦੀ ਜੇਬ ਚ ਗਿਆ ਉਹਦਾ ਜਵਾਬ ਦੇਣਾ ਹੈ ਜੀ ਇੱਥੇ ਇਕਬਾਲ ਜੀ ਇਮਾਨਦਾਰ ਇੱਕ ਸੀਐਮ ਦੀ ਤੁਸੀਂ ਗੱਲ ਕੀਤੀ ਹੈ ਤੇ ਤੁਹਾਡੀ ਪਾਰਟੀ ਵੱਲੋਂ ਇਮਾਨਦਾਰ ਸੀਐਮ ਜੇ ਦੇਖਿਆ ਜਾਂਦੇ ਕਿਹੜੇ ਚਿਹਰੇ ਤੇ ਮੋਰ ਲੱਗ ਸਕਦੀ ਹੈ ਦੇਖੋ ਚਿਹਰੇ ਬਹੁਤ ਐ ਤੁਹਾਡੇ ਸਾਹਮਣੇ ਇੱਕ ਡੇਢ ਮਹੀਨੇ ਦਾ ਸਾਨੂੰ ਸਮਾਂ ਦੇ ਦਿਓ ਜੀ ਬਸ ਇੱਕ ਡੇਢ ਮਹੀਨੇ ਜੇ ਅਸੀਂ ਕਲੀਅਰ ਕਰ ਦੇਣਾ ਜਿਹੜਾ ਵੀ ਹੋਊਗਾ ਸਾਡਾ ਗਰਾਊਂਡ ਲੈਵਲ ਤੋਂ ਉੱਪਰ ਤੱਕ ਸਾਡੇ ਕੋਲ ਜਿਹੜਾ ਵੀ ਬੰਦਾ ਸਾਡੇ 20 ਐਮਐਲਏ ਤੁਸੀਂ ਦੇਖ ਲਓ ਅੱਜ ਤੱਕ ਉਹਨਾਂ ਤੇ ਕੋਈ ਕ腐ਸ਼ਨ ਦਾ ਦਾਗ ਹੈ ਤਾਂ ਤੁਸੀਂ ਸੁਖਵੀਰ ਜੀ ਤੁਸੀਂ ਮੀਡੀਆ ਪਰਸਨ ਨੂੰ ਸਾਨੂੰ ਦੱਸ ਦੋ ਵੀ ਥੋੜੇ ਉਹ ਐਮਐਲਏ ਤੇ ਕ腐ਸ਼ਨ ਦਾ ਦਾਗ ਹੈ ਬੀਏ ਨਹੀਂ ਇਹ ਤਾਂ ਥੋੜੇ ਸਾਹਮਣੇ ਪੰਜਾਬ ਤੋਂ ਦਿੱਲੀ ਵਾਲਿਆਂ ਅੱਜ ਤੱਕ ਲੱਗਿਆ ਨਹੀਂ ਕੋਈ ਇਹਨਾਂ ਨੇ ਨਰਿੰਦਰ ਮੋਦੀ ਨੇ ਰੈਡਾਂ ਕਰਾ ਕਰਾ 13 13 ਸਾਡੇ ਮਿਨਿਸਟਰਾਂ ਦੇ ਰੈਡਾਂ ਕਰਾ ਕਰਾ ਦੇਖ ਲਿਆ ਅੱਜ ਤੱਕ 1 ਰੁਪਏ ਦਾ ਕ腐ਸ਼ਨ ਦਾ ਦਾਗ ਨਹੀਂ ਇਹਨਾਂ ਨੂੰ ਮਿਲਿਆ ਉਦੇ ਬਾਅਦ ਸਾਡੇ 20 ਐਮਐਲਏ 20 ਤੇ ਇੱਥੇ ਸਰਕਾਰ ਕਾਂਗਰਸ ਦੀ ਸੀਗੀ ਇਹ ਕਿਤੇ ਦਿਖਾ ਦੇਣ ਵੀ ਇੱਕ ਨਵਾਂ ਇੱਕ ਐਫਆਈਆਰ ਸਾਡੇ 20 ਐਮਐਲਏਾਂ ਤੇ ਹੋਈ ਹੋਵੇ ਸਾਡੇ ਕੋਲ ਜਿੰਨੇ ਵੀ ਬੰਦੇ ਆਂ ਕਰਪਸ਼ਨ ਫ੍ਰੀ ਆ ਉਹਨਾਂ ਦਾ ਇਹ ਕੋਈ ਦਾਗ ਨਹੀਂ ਜਿੱਥੇ ਕੋਈ ਆਇਆ ਅਸੀਂ ਉਤੇ ਜ਼ੀਰੋ ਟੋਲਰੈਂਸ ਹੈ ਸਾਰੀ ਅਸੀਂ ਉੱਥੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਆਪ ਜੇਲ੍ਹ ਭੇਜਾਂਗੇ ਕਾਂਗਰਸ ਨੂੰ ਵੀ ਕਹਾਂਗੇ ਜੇ ਸਾਡਾ ਕੋਈ ਐਮਐਲਏ ਆ ਕੋਈ ਵਲੰਟੀਅਰ ਕੋਈ ਵੀ ਤੁਹਾਨੂੰ ਲੱਗਦਾ ਗਲਤ ਹੈ ਕਿ ਉਹ ਕਰਪਸ਼ਨ ਕਰਦਾ ਚੱਕ ਕੇ ਜੇਲ੍ਹ ਠੋਕ ਦਿਓ ਇਹ ਮਾਮਲੇ ਤੇ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਹਾਂ ਇਸ ਕਰਕੇ ਜਦੋਂ ਤੁਸੀਂ ਸਖਤੀ ਨਾਲ ਚੱਲਦੇ ਹੈ ਨਾ ਤੇ ਲੋਕਾਂ ਨੂੰ ਵਿਸ਼ਵਾਸ ਹੈ ਨਾ ਗੱਲ ਤਾਂ ਇਹ ਹੈ ਸੁਖਵੀਰ ਜੀ ਹੁਣ ਵਿਸ਼ਵਾਸ ਨਾ ਕਾਲੀਆਂ ਤੇ ਰਿਹਾ ਲੋਕਾਂ ਨੂੰ ਨਾ ਕੈਪਟਨ ਤੇ ਰਿਹਾ ਹੁਣ ਜਿੰਨੇ ਮਰਜ਼ੀ ਵਾਅਦੇ ਕਰੀ ਜਾ ਕੈਪਟਨ ਨੇ ਗੁਟਕਾ ਸਾਹਿਬ ਸਭ ਤੋਂ ਉੱਪਰ ਦੀ ਚੀਜ਼ ਹੁੰਦੀ ਹੈ ਲੋਕਾਂ ਨੇ ਵੋਟਾਂ ਤਾਂ ਪਾਈਆਂ ਤੇ ਵੀ ਜਿਹੜਾ ਬੰਦਾ ਗੁਟਕਾ ਹੀ ਖਾ ਗਿਆ ਕਿਉਂਕਿ ਲੋਕਾਂ ਨੂੰ ਆਮ ਪੋਲਿਟਿਸ਼ੀਅਨਾਂ ਤੇ ਭਰੋਸਾ ਉੱਠ ਗਿਆ ਸੀਗਾ ਹੁਣ ਜਦੋਂ ਗੁਟਕਾ ਤੁਸੀਂ ਹੱਥ 'ਚ ਫੜ ਲੈਨੇ ਫਿਰ ਲੋਕ ਕਹਿੰਦੇ ਨਹੀਂ ਯਾਰ ਹੁਣ ਤਾਂ ਇਹ ਸੱਚ ਬੋਲਦਾ ਜਦੋਂ ਤੁਸੀਂ ਗੁਟਕਾ ਸਾਹਿਬ ਦੀ ਵੀ ਸ਼ਰਮ ਨਹੀਂ ਖਾਧੀ ਮਤਲਬ ਹੁਣ ਫਿਰ ਲੋਕ ਕਿਹੜੇ ਸਾਹਿਬ ਨਾਲ ਹੁਣ ਗੁਟਕਾ ਸਾਹਿਬ ਤੋਂ ਕਿਹ ਗਰਾਂ ਸਾਹਿਬ ਚੱਕਣਗੇ ਸਿਰ ਤੇ ਜੀ ਇਸ ਕਰਕੇ ਇਹ ਚੀਜ਼ ਨਹੀਂ ਜਦੋਂ ਤੁਹਾਡੇ ਭਰੋਸਾ ਉੱਠ ਜਾਂਦਾ ਫਿਰ ਤੁਸੀਂ ਜੋ ਮਰਜੀ ਕਹੀ ਜਾਓ ਫਿਰ ਲੋਕ ਵਿਸ਼ਵਾਸ ਨਹੀਂ ਕਰਦੇ ਕੇਜਰੀਵਾਲ ਤੇ ਕਿਉਂ ਕਰਦੇ ਕਿਉਂਕਿ ਕੇਜਰੀਵਾਲ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਵਾਅਦੇ ਤਾਂ ਉੱਪਰ ਨਵਾਇਆ ਦਿੱਲੀ ਇਸ ਕਰਕੇ ਤਾਂ ਉੱਥੇ ਤੀਜੀ ਵਾਰ ਲੋਕਾਂ ਨੇ ਚੁਣਿਆ ਉਹਨਾਂ ਠੋਕ ਕੇ ਕਿਹਾ ਵੀ ਜੇ ਮੈਂ ਕੰਮ ਕੀਤੇ ਵੋਟ ਪਾ ਦਿਓ ਜੇ ਨਹੀਂ ਕੀਤੇ ਤਾਂ ਤੁਸੀਂ ਭਾਜਪਾ ਨੂੰ ਪਾਓ ਕਾਂਗਰਸ ਨੂੰ ਪਾਓ ਹੋਰ ਕਿਸੇ ਵਨਥਰਡ ਨੂੰ ਪਾ ਦਿਓ ਮੰਨੂ ਪਾਉਣ ਦੀ ਲੋੜ ਨਹੀਂ ਲੋਕਾਂ ਨੇ ਬਾਅਦ ਸ਼ੀਟਾਂ ਦੇ ਕੇ ਉਹਨੂੰ ਬਹੁਮਤ ਦਿੱਤੀ ਵੀ ਨਹੀਂ ਤਾਂ ਕੰਮ ਕੀਤੇ ਹੈ ਇਸ ਕਰਕੇ ਇਨਾ ਜੇ ਜੇ ਹਿੰਮਤ ਆ ਵਰਡ ਦੇ ਤੇ ਕਹਿ ਕੇ ਦਿਖਾਉਣ ਕਾਲੀ ਵੀ ਕਹਿ ਲਓਨ ਕਾਂਗਰਸੀ ਵੀ ਕਹਿ ਦੇਣ ਵੀ ਜੇ ਅਸੀਂ ਕੰਮ ਕਿਤੇ ਤਾਂ ਵੋਟ ਪਾਇਓ ਆਦਰਵਾਇਜ਼ ਤੁਸੀਂ ਆਮ ਪਾਰਟੀ ਨੂੰ ਪਾ ਦਿਓ ਜਿਹਨੂੰ ਮਰਜ਼ੀ ਪਾ ਦਿਓ ਜੀ ਨਹੀਂ ਕਹਿ ਸਕਦੇ ਇਸ ਕਰਕੇ ਇਹ ਫਰਕ ਹੈ ਸਾਡੇ ਚ ਬਿਲਕੁਲ ਜਿਹੜੀ ਉਹ ਸਚਾਈ ਉਹ ਤੇ ਲੋਕਾਂ ਦੇ ਸਾਹਮਣੇ ਹੈ ਹੀ ਉਹ ਲੋਕਾਂ ਦੀ ਸੂਝਬੂਝ ਹੈ ਕਿਸਾਨ ਅੰਦੋਲਨ ਇਸ ਵਾਰ ਬਹੁਤ ਵੱਡਾ ਫੈਕਟਰ ਹੋਣ ਵਾਲਾ ਹੈ ਪੰਜਾਬ ਦੀਆਂ ਚੋਣਾਂ ਚ ਔਰ ਇਹਦਾ ਜਿਹੜਾ ਡਰਾਅ ਬੈਕ ਹੈ ਉਹ ਭਾਜੀਪੀ ਨੂੰ ਵੀ ਔਰ ਕਾਂਗਰਸ ਨੂੰ ਵੀ ਦੇਖਣ ਚ ਮਿਲ ਰਿਹਾ ਤੁਹਾਨੂੰ ਕੀ ਲੱਗਦਾ ਇਸ ਦਾ ਥੋੜਾ ਜਿਹਾ ਫਾਇਦਾ ਆਮ ਆਦਮੀ ਪਾਰਟੀ ਨੂੰ ਪੰਜਾਬ ਇਲੈਕਸ਼ਨ ਦੌਰਾਨ ਮਿਲ ਸਕਦਾ ਜਿਸ ਤਰ੍ਹਾਂ ਦਿੱਲੀ ਚ ਉਹਨਾਂ ਨੇ ਸਪੋਰਟ ਕੀਤੀ ਦੇਖੋ ਜਿੱਥੋਂ ਤੱਕ ਕਿਸਾਨ ਅੰਦੋਲਨ ਦਾ ਸਵਾਲ ਹੈ ਕਿਸਾਨ ਅੱਜ ਜੇ ਸੜਕਾਂ ਤੇ ਇਹ ਸਾਡੇ ਪੋਲੀਟਿਕਲ ਕਲਾਸ ਵਾਸਤੇ ਸ਼ਰਮ ਦੀ ਗੱਲ ਕਿਉਂਕਿ ਅੰਨਦਾਤਾ ਨੂੰ ਖੇਤ ਚ ਹੋਣਾ ਚਾਹੀਦਾ ਸੜਕਾਂ ਤੇ ਨਹੀਂ ਹੁੰਦਾ ਪਰ ਇਹਨਾਂ ਨੇ ਸ਼ਰਮ ਐਥੇ ਤੱਕ ਖਾਲੀ ਵੀ ਤੁਸੀਂ 7-7 ਮਹੀਨੇ ਤੋਂ ਸਰਦੀਆਂ ਹੁਣ ਗਰਮੀਆਂ ਦੇਖ ਲਓ ਕਿੰਨੀਆਂ ਬਜ਼ੁਰਗ ਐ ਸਾਡੇ ਪਰ ਇਹਨਾਂ ਨੂੰ ਸ਼ਰਮ ਨਹੀਂ ਹੈਗੀ ਹੁਣ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦਾ ਜਿਹੜਾ ਤੁਸੀਂ ਸਵਾਲ ਕੀਤਾ ਅਸੀਂ ਪੰਜਾਬ 'ਚ ਮੈਂ ਖੁਦ ਬੁਲਾਰਾ ਆਂ ਪਾਰਟੀ ਦਾ ਪੰਜਾਬ ਤੋਂ ਮੈਂ ਹਰੇਕ ਡਿਬੇਟ 'ਚ ਜਦ ਆਰਡੀਨੈਂਸ ਆਇਆ ਸੀ ਮੈਂ ਲੋਕਾਂ ਨੂੰ ਜਾਗਰੂਕ ਕਰਨਾ ਚਾਲੂ ਕਰਤਾ ਸੀ ਵੀ ਲੋਕੋ ਤੁਹਾਡਾ ਚੁੱਲ੍ਹੇ ਠੰਡੇ ਹੋ ਜਾਣਗੇ ਤੁਸੀਂ ਖੇਤਾਂ ਦੀ ਆਪਣੇ ਛੱਡ ਦਿਓ ਆਪਣਾ ਪਹਿਲਾਂ ਇੱਧਰ ਐਜੀਟੇਸ਼ਨ ਕਰੋ ਆਲੀਦਲ ਵਾਲੇ ਮੈਨੂੰ ਕਾਊਂਟਰ ਕਰਦੇ ਤੂੰ ਪੰਜਾਬ ਦੀ ਅੱਗ ਲਾਉਣ ਲੱਗਿਆ ਸ਼ਾਂਤੀ ਨੂੰ ਭੰਗ ਕਰਨ ਲੱਗਿਆ ਹੋਇਆ ਤੂੰ ਕਿਉਂ ਇਹ ਗੱਲਾਂ ਕਰਦਾ ਮੈਂ ਕਿਹਾ ਉਹਨਾਂ ਦੀ ਜਵੇਂ ਚੁੱਲ੍ਹੇ ਛੱਡੇ ਹੋ ਜਾਣੇ ਐਡੇ ਖਤਰਨਾਕ ਬੀ ਲੰਗੇ ਇਹ ਆਰਡੀਨੈਂਸ ਆਇਆ ਸੀ ਉਸ ਟਾਈਮ ਤੋਂ ਅਸੀਂ ਕਿਸਾਨਾਂ ਦੇ ਨੂੰ ਜਾਗਰੂਕ ਕਰਨ ਲੱਗੇ ਹੋਏ ਉਹ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਬੱਤੀਆਂ ਇਹਨਾਂ ਇਕੱਠੇ ਹੋਏ ਜਦ ਉਹਨਾਂ ਦੀ ਗੱਲਾਂ ਸਮਝ ਪਈਆਂ ਮੇਰੇ ਨਾਲ ਸਾਰੇ ਬਲਾਰੇ ਆਉਂਦੇ ਰਹੇ ਆਂ ਕਿਸਾਨ ਯੂਨੀਅਨ ਦੇ ਐਪਰੀਸ਼ੀਏਟ ਕਰਦੇ ਸੀ ਵੀ ਹਾਂ ਤੁਸੀਂ ਸਹੀ ਬੋਲਦੇ ਮੈਂ ਇਹਨਾਂ ਨੂੰ ਕਹੇ ਵੀ ਤੁਹਾਡੀ ਵੱਟ ਬੰਨਾ ਨਹੀਂ ਛੱਡਣਾ ਇਹਨਾਂ ਨੇ ਦੋ ਦੋ ਕਿਲੋਮੀਟਰ ਦੇ ਖੇਤ ਬਣਾ ਦੇ ਡੇ ਡੇ ਮਸ਼ੀਨਾਂ ਆ ਜਾਣੀਆਂ ਬਾਅਦ ਚ ਖੇਤ ਲੱਭਦੇ ਫਿਰੋਗੇ ਤੁਹਾਨੂੰ ਖੇਤ ਨਹੀਂ ਮਿਲਣਾ ਆਪਣਾ ਤੇ ਇਸ ਕਰਕੇ ਜਿਹੜੇ ਮੰਡੀ ਐ ਥੋੜੀ ਮੰਡੀ ਸਿਸਟਮ ਖਤਮ ਕਰ ਲੈਣਾ वर्ल्ड ਦਾ ਸਭ ਤੋਂ ਵਧੀਆ ਮੰਡੀ ਸਿਸਟਮ ਸਾਡੇ ਪੰਜਾਬ ਹਰਿਆਣੇ ਚ ਹੋਰ ਕਿਸੇ ਸਟੇਟ ਚ ਬਣ ਨਹੀਂ ਸਕਿਆ ਲੇਕਿਨ ਪੰਜਾਬ ਹਰਿਆਣੇ ਦਾ ਮੰਡੀ ਸਿਸਟਮ ਸੈਂਟਰ ਦੀ ਨਜ਼ਰਾਂ ਚ ਚੁਬਦਾ ਸੀ ਵੀ ਸਾਨੂੰ ਪੈਸਾ ਭੇਜਣਾ ਪੈਂਦਾ ਇਹਨਾਂ ਇਹਦੇ ਚ ਵੀ ਕਰਾਪਸ਼ਨ ਭਾਰੀ ਵੀ ਅਸੀਂ ਪ੍ਰਾਈਵੇਟ ਨੂੰ ਇਹ ਜਿਹੜੀ ਸਾਨੂੰ 2000 ਨੂੰ ਚੱਕਣੀ ਪੈਂਦੀ ਚੀਜ਼ ਪ੍ਰਾਈਵੇਟ ਹਜ਼ਾਰ ਨੂੰ ਚੱਕੂਗਾ ਅਸੀਂ 15 16 ਸਾਨੂੰ ਪ੍ਰਾਈਵੇਟ ਤੋਂ ਲੈ ਲੂਗੇ ਕਿਉਂਕਿ ਪੈਸੇ ਚਾਹੀਦਾ ਤਾਂ ਪੀਡੀਐਸ ਸਿਸਟਮ ਚਲਾਉਣ ਵਾਸਤੇ ਸੈਂਟਰ ਨੂੰ ਵੀ ਤਾਂ ਪੈਸੇ ਚਾਹੀਦਾ ਇਸ ਕਰਕੇ ਉਹਨਾਂ ਨੇ ਸੋਚਿਆ ਵੀ ਉਧਰੋਂ 2-300 ਰੁਪਏ ਕਵਾਂਟਲ ਦਾ ਪ੍ਰਾਈਵੇਟ ਤੋਂ ਸਿੱਧਾ ਫੜ ਲਿਆ ਕਰੂੰਗੇ 1500 ਰੁਪਏ ਨੂੰ ਨਾਲੇ ਸਸਤਾ ਮਿਲੂਗਾ ਨਾਲੇ ਸਾੜੀ ਜੇਬ ਚ ਪਾਇਆ ਕਰੂਗਾ ਹੁਣ ਸਾਨੂੰ ਸਿੱਧਾ ਕਿਸਾਨ ਨੂੰ ਚੈੱਕ ਦੇਣਾ ਪੈਂਦਾ ਹੈਗਾ ਸੀਸੀ ਲਿਮਟ ਦੇ ਰੂਪ ਚ ਆਉਂਦਾ ਹੁਣ ਉਹ ਪੂਰੀ ਬੈਂਕ ਬੈਂਕਿੰਗ ਪ੍ਰਣਾਲੀ ਨਾਲ ਆਉਂਦੀ ਚੀਜ਼ ਉਹਦੇ ਚ ਇੱਕ 1 ਰੁਪਿਆ ਖਾਣ ਨੂੰ ਹੈ ਨਹੀਂ ਕਿਤੇ ਇਸ ਕਰਕੇ ਇਹਨਾਂ ਨੇ ਉਹ ਜਿਹੜਾ ਢਾਂਚਾ ਤੋੜਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਵਧਾਈ ਦੇਣਾ ਦਿੰਨਾ ਆਪਣੇ ਜਥੇ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਨੇ ਇਸ ਗੱਲਾਂ ਨੂੰ ਸਮਝ ਕੇ ਅੱਜ ਜਾਗਰੂਕਤਾ ਇੰਨੀ ਲਿਆਂਦੀ ਹੈ ਵੀ ਅੱਜ ਲੀਡਰਾਂ ਨੂੰ ਬਾਣੀ ਪਾਇਆ ਹੋਇਆ ਇਹਨਾਂ ਨੇ ਤੇ ਜੇ ਮੈਂ ਕਹਨਾ ਹਰ ਬੰਦਾ ਇੰਨਾ ਜਾਗਰੂਕ ਹੋ ਜਾਏ ਅੱਜ ਤੱਕ ਸਾਡਾ ਇਹ ਬੁਰਾ ਹਾਲ ਨਾ ਹੁੰਦਾ ਕਿਉਂਕਿ ਅੱਜ ਤੱਕ ਅਸੀਂ ਮੁਢਲੀ ਸਹੂਲਤਾਂ 'ਚ ਫਸਾਏ ਪਏ ਇਹਨਾਂ ਨੇ ਅਸੀਂ ਅੱਗੇ ਕਿੱਥੇ ਡਵੈਲਪਮੈਂਟ ਤਾਂ ਬਹੁਤ ਅੱਗੇ ਹੁੰਦੀ ਹੈਗੀ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੁਣ ਦਿੱਲੀ ਜਿਵੇਂ ਇਹ ਜਾ ਕੇ ਧਰਨਾ ਲਾਇਆ ਅਸੀਂ ਜਿੰਨੀ ਵੀ ਸਾਡਾ ਸਮਰਥਾ ਸੀ ਉਹਦੇ ਹਿਸਾਬ ਨਾਲ ਅਸੀਂ ਸੇਵਾ ਕਿਸਾਨਾਂ ਦੀ ਕੀਤੀ ਵਾਈਫਾਈ ਲਾਇ ਪਾਣੀ ਟੈਂਕਰ ਉਥੇ ਲੈਟਰਿੰਗਾਂ ਦਾ ਇੰਤਜ਼ਾਮ ਹੋਰ ਲੰਗਰ ਦਾ ਇੰਤਜ਼ਾਮ ਜਿੰਨਾ ਕਿ ਸਾਡੀ ਕਪੈਸਿਟੀ ਸੀ ਉਹਦੇ ਅਕੋਰਡਿੰਗ ਅਸੀਂ ਕੀਤਾ ਸਟੇਡੀਅਮ ਨੂੰ ਇਹ ਜੇਲ ਮਣਾਉਣਾ ਚਾਹੁੰਦੇ ਸੀ ਅਸੀਂ ਉਹ ਇਹਨਾਂ ਦੀ ਫਾਈਲ ਵਾਪਸ ਭੇਜੀ ਵੀ ਨਹੀਂ ਅਸੀਂ ਸਟੇਡੀਅਮ ਨੂੰ ਜੇਲ ਨਹੀਂ ਬਣਨ ਦੇਣਾ ਉਹਦੀ ਕਿੜ ਕੀ ਕੱਢੀ મોદી ਸਾਹਿਬ ਨੇ ਪਾਵਰਾਂ ਹੀ ਖੋਲੀਆਂ ਸਾਰੀਆਂ ਹੁਣ ਇਹ ਤੋਂ ਵੱਡਾ ਅਸੀਂ ਕੀ ਸਬੂਤ ਦੇ ਸਕਦੇ ਵੀ ਅਸੀਂ ਕਿਸਾਨਾਂ ਪਿੱਛੇ ਆਪਣੀ ਇੱਕ ਸਰਕਾਰ ਦੀਆਂ ਪਾਵਰਾਂ ਹੀ ਖਤਮ ਕਰ ਲਈਆਂ ਹੁਣ ਤਾਂ ਕਿਸਾਨਾਂ ਦਾ ਫਰਜ਼ ਹੈ ਵੀ ਸਾਡੀ ਸਾਡੀ ਜੇ ਪਿੱਠ ਤੇ ਖੜਨਾ ਤਾਂ ਖੜ ਜਾਣ ਜੇ ਹੁਣ ਇਹੀ ਇਹਨਾਂ ਨੂੰ ਰੁਟੀਨ 'ਚ ਕਈ ਜੁੜੇ ਹੋਏ ਵੀ ਹੈਗੇ ਕਿਸਾਨ ਵੀ ਮੈਂ ਉਹਨਾਂ ਵੀਰਾਂ ਨੂੰ ਵੀ ਕਹੂੰਗਾ ਵੀ ਦੇਖੋ ਜਦ ਤੱਕ ਤੁਸੀਂ ਇਹਨਾਂ ਨੂੰ ਝਟਕਾ ਨਹੀਂ ਦਉਂਗੇ ਕੱਲ੍ਹ ਉਹ ਫੇਰ ਆ ਜਾਣਗੇ ਤੁਹਾਡੇ ਬਿੱਲ ਲੈ ਕੇ ਕਿਉਂਕਿ ਇਹ ਤਾਂ ਲੋਕ ਹੈਗੇ ਕਾਰਪੋਰੇਟ ਸੈਕਟਰ ਕੋਲ ਵਿੱਗੇ ਇਹ ਸਿਰਫ ਹੱਥ ਜੋੜਦੇ ਆ ਤੁਹਾਡੇ ਕੋਲ ਵੋਟਾਂ 'ਚ ਬੋਰਡ ਜਿੱਦਣ ਤੁਸੀਂ ਇਹਨਾਂ ਨੂੰ ਮੈਂਡੇਟ ਦੇ ਦਿੱਤਾ 5 ਸਾਲ ਬਾਅਦ ਬਸ ਫਿਰ ਇਹ ਕਾਰਪੋਰੇਟ ਵਾਸਤੇ ਪਾਲਿਸੀਆਂ ਬਣਾਉਣੀਆਂ ਚਾਲੂ ਕਰ ਦਿੰਦੇ ਨੇ ਕਿਸਾਨ ਵਾਸਤੇ ਤਾਂ ਪਾਲਿਸੀ ਨਹੀਂ ਬਣਦੀ ਜਿਹੜਾ ਸਮਕਾ ਸੜਾ ਢਾਂਚਾ ਪੁਰਾਣੇ ਸਾਡੇ ਬਜ਼ੁਰਗਾਂ ਨੇ ਬਣਾਇਆ ਹੋਇਆ ਸੀਗਾ ਉਹ ਵੀ ਤੋੜਤਾ ਇਹਨਾਂ ਨੇ ਮਤਲਬ ਮਤਲਬ ਹਰੇਕ ਚੀਜ਼ 'ਚ ਤੁਸੀਂ ਦੇਖੋ ਖਾਣਾ ਪੀਣਾ ਤਾਂ ਇਹ ਮਢਲੀ ਸੋਲਦਾ ਹੈ ਤੁਸੀਂ ਜਦੋਂ ਆ ਵੀ ਪ੍ਰਾਈ ਦਾਣੇ ਵੀ ਪ੍ਰਾਈਵੇਟ ਕਰ ਦੋਗੇ ਅੱਜ ਹੁਣ ਕੱਟ ਲੱਗ ਰਹੇ ਕਿਉਂ ਕਿਉਂਕਿ ਪ੍ਰਾਈਵੇਟ ਥਰਮਲ ਬੰਦ ਹੈ ਲਵੰਡੀ ਸਭ ਬੰਦ ਸਾਰਾ ਬੰਦ 3 ਮਹੀਨੇ ਤੱਕ ਜੋ ਬੰਦ ਰੱਖਣ ਇਹ ਐਗਰੀਮੈਂਟ ਚ ਲਿਖਿਆ ਹੋਇਆ ਤੁਸੀਂ ਉਹਨਾਂ ਨੂੰ ਕੋਈ ਚਾਰਜ ਨਹੀਂ ਕਰ ਸਕਦੇ ਕੋਈ ਉਹਨਾਂ ਨੂੰ ਫੈਨ ਨਹੀਂ ਲਾ ਸਕਦੇ ਉਹਨਾਂ ਨੇ ਬੰਦ ਕਰਤੇ ਗਰਮੀ ਚ ਉਹਨਾਂ ਨੂੰ ਕੀ ਲੋੜ ਹੈ ਚਲਾਉਣ ਦੀ ਉਹਨਾਂ ਨੇ ਬੰਦ ਕਰਤੇ ਬਿਜਲੀ ਦੀ ਸ਼ੋਰਟੇਜ ਆ ਗਈ ਅੱਜ ਘਟ ਲੱਗ ਰਹੇ ਉਤੋਂ ਬਾਅਦ ਦੇਖੋ ਕਾਲੀਦਲ ਕਹੀ ਜਾਂਦਾ ਅਸੀਂ ਜੀ ਥਰਮ ਲਾਤੇ ਥਰਮ ਲਾਤੇ ਪਬਲਿਕ ਸੈਕਟਰ ਦਾ ਦਿਖਾਓ ਕਿਹੜਾ ਲਾਇਆ ਤੁਸੀਂ ਦਿਖਾਓ ਬਜਟ ਚੋਂ ਇੱਕ ਪੰਜੀ ਲਾਈ ਹੋਏ ਪ੍ਰਾਈਵੇਟ ਨੂੰ ਕਿ ਲਾਤੇ ਪ੍ਰਾਈਵੇਟ ਤਾਂ ਕੋਈ ਵੀ ਕਰ ਦੂਗਾ ਇਹ ਕਿਹੜੀ ਬਹਾਦਰੀ ਹੈਗੀ ਹੁਣ ਤੁਸੀਂ ਪ੍ਰਾਈਵੇਟ ਕਰਤਾ ਠੀਕ ਹੈ ਥੋੜੇ ਪ੍ਰੋਡਕਸ਼ਨ ਹੋ ਗਈ ਕੈਰੀ ਕਰਨ ਵਾਸਤੇ ਟਰਾਂਸਮਿਸ਼ਨ ਸਿਸਟਮ ਕਿਹਾ ਤੁਹਾਡਾ ਉਧੇ ਤੇ ਕੀ ਖਰਚਾ ਕਰਿਆ ਤੁਸੀਂ 14000 ਮੈਗਾਵਾਟ ਦੀ ਪੀਕ ਆਵਰ ਜਿਹੜੇ ਹੁਣ ਚੱਲ ਰਿਹਾ ਪੀਕ ਸੀਜ਼ਨ 14000 ਮੈਗਾਵਾਟ ਦੀ ਲੋਡ ਹੁੰਦੀ ਸਾਨੂੰ ਤੁਸੀਂ ਸੁਖਵੀਰ ਜੀ ਹੈਰਾਨ ਹੋਵੋਗੇ ਸਾਡੀਆਂ ਲਾਈਨਾਂ ਜਿਹੜਾ ਲੋਡ ਨਾ 6800 ਮੈਗਾਵਾਟ ਚੱਕਣ ਜੋਗੀਆਂ ਉਹਨਾਂ ਤੇ 7000 ਜੇ ਪਾ ਦੂੰਗੇ ਉਹ ਮਤਲਬ ਬੈਠ ਜਾਊਗਾ ਸਿਸਟਮ ਕਲੈਪਸ ਕਰ ਜਾਊਗਾ ਤੁਸੀਂ 14000 ਪ੍ਰੋਡਕਸ਼ਨ ਤਾਂ ਕਰ ਲਿਓ ਤਾਂ ਹੀ ਥਰਮਲ ਬੰਦ ਕਰਨੇ ਪਏ ਨਾ ਉਹ ਕੈਰੀ ਨਹੀਂ ਕਰ ਸਕਦੇ ਟਰਾਂਸਪੋਰਟ ਟਰਾਂਸਫਰ ਗਰਮ ਹੋ ਜਾਣੇ ਇਸ ਕਰਕੇ ਜੇ ਉਹਨਾਂ ਨੂੰ ਤੁਸੀਂ 6800 ਮੈਗਾਵਾਟ ਤੋਂ ਵੱਧ ਛੱਡ ਦੇਉਗੇ ਉਹਨਾਂ ਨੇ ਮਤਲਬ ਬਲਾਸਟ ਹੋ ਜੂਗੇ ਜਦੋਂ ਹੁਣ ਕੇਜਰੀਵਾਲ ਨੇ ਵੀ ਤਾਂ ਹੀ ਕਿਹਾ ਵੀ ਮੈਂ 24 ਘੰਟੇ ਜਿਹੜੀ ਬਿਜਲੀ ਕਰਨ ਨੂੰ ਮੈਨੂੰ 3 ਤੇ 4 ਸਾਲ ਲੱਗਣੇ ਕਿਉਂਕਿ ਸਾਰੀਆਂ ਲਾਈਨਾਂ ਨਵੀਆਂ ਪਾਉਣੀਆਂ ਪੈਣਆਂ ਟਰਾਂਸਫਰਮ ਨਵੇਂ ਰੱਖਣੇ ਪੈਣੇ ਇਸ ਜਿੰਨਾ ਵੀ ਸਿਸਟਮ ਹੈ ਹੁਣ ਇਹਨਾਂ ਨੇ ਕੀ ਕੀਤਾ ਡੈਮ ਬਣਾ ਲਿਆ ਕਾਲੀਦਾਲ ਨਹਿਰਾ ਕੱਡੀਆਂ ਨਹੀਂ ਨਹਿਰਾ ਨਹੀਂ ਕੱਡੀਆਂ ਖੇਤ ਤੱਕ ਪਾਣੀ ਕਿਵੇਂ ਜਾਊਗਾ ਇਹ ਹੀ ਸਿਸਟਮ ਬਿਜਲੀ ਦਾ ਪ੍ਰੋਡਕਸ਼ਨ ਕਰਦੀ ਜੀ ਅਸੀਂ ਥਰਮਲ ਲਾਤੇ ਉਹ ਜਾਣਾ ਜਿਹੜੇ ਕੈਰੀ ਕਰਕੇ ਜਿੱਥੇ ਤੱਕ ਬਿਜਲੀ ਜਾਣੀ ਆ ਉਹ ਤਾਂ ਸਿਸਟਮ ਥੋੜਾ ਹਿੱਲਿਆ ਫਿਰਦਾ ਫਿਰ ਅਪਗ੍ਰੇਡ ਨਹੀਂ ਕੀਤਾ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਆ ਨਾ ਜਦੋਂ ਤੱਕ ਕੋਈ ਧਿਆਨ ਦੇਣ ਵਾਲਾ ਕੋਈ ਲੀਡਰ ਸਿਆਣਾ ਸੂਝਬੂਝ ਵਾਲਾ ਨਹੀਂ ਸੜੇ ਸਿਸਟਮ ਚ ਤੁਸੀਂ ਲੋਕਾਂ ਨੂੰ ਮੈਂ ਕਹਿਣਾ ਵੀ ਨਹੀਂ ਭੇਜੋਗੇ ਤਾਂ ਅਸੀਂ ਇਦਾਂ ਹੀ ਰੋਂਦੇ ਰਹਿਣਾ ਕਿਉਂਕਿ ਇਹਨਾਂ ਦਾ ਮੇਨ ਮਕਸਦ ਹੁੰਦਾ ਵੀ ਆਪਣਾ ਟਰਾਂਸਪੋਰਟ ਦੀ ਫਲੀਟ ਕਿਵੇਂ ਵਧਾਉਣੀ ਆਪਣੇ ਹੋਟਲ ਕਿਵੇਂ ਬਣਾਉਣੇ ਆਪਣੇ ਹੋਰ ਧੰਦੇ ਕਿਵੇਂ ਬਣਾਉਣੇ ਇਹਨਾਂ ਦਾ ਸਾਰਾ ਧਿਆਨ ਉਹਨਾਂ ਤੇ ਲੱਗਿਆ ਹੁੰਦਾ ਤੇ ਇਹ ਤਾਂ ਪਬਲਿਕ ਸਰਵੈਂਟ ਤਾਂ ਵਿਚਰੇ ਇਹਨਾਂ ਦੇ ਨੌਕਰ ਪੈਸਾ ਇਕੱਠਾ ਕਰਨ ਨੂੰ ਕਲੈਕਸ਼ਨ ਕਰਨ ਰੱਖੇ ਹੋਏ ਆ ਇਹ ਕੋਈ ਲੋਕਾਂ ਦਾ ਕੰਮ ਨਹੀਂ ਕਰ ਰਹੇ ਇਹ ਤਾਂ ਕਲੈਕਸ਼ਨ ਸੈਂਟਰ ਬਣੇ ਹੋਏ ਇਹਨਾਂ ਦੇ ਇਸ ਕਰਕੇ ਜਦੋਂ ਤੱਕ ਅਸੀਂ ਸਹੀ ਬੰਦਿਆਂ ਨੂੰ ਚੁਣ ਕੇ ਨਹੀਂ ਭੇਜਦੇ ਤੇ ਉਦੋਂ ਤੱਕ ਅਸੀਂ ਰੋਂਦੇ ਰਹਾਂਗੇ ਡਾਂਗਾ ਖਾਂਦੇ ਰਹਾਂ ਟੀਚਰ ਡਾਂਗਾ ਖਾ ਰਹੇ ਕਿਸਾਨ ਬੈਠੇ ਆਗੇ ਬਾਕੀ ਰੋੜਵੇ ਦੇ ਮੁਲਾਜ਼ਮ ਬੈਠੇ ਹਰੇਕ ਬੈਠਾ ਸਾਰਾ ਮੁਲਾਜ਼ਮ ਵਰਗ ਤੰਗ ਹੈ ਸਾਰਾ ਆਮ ਆਦਮੀ ਤੰਗ ਹੈ ਮੁਢਲੀਆਂ ਸਹੂਲਤਾਂ ਐਜੂਕੇਸ਼ਨ ਹੈ ਹੈਲਥ ਹੈ ਬਾਕੀ ਹੋਰ ਜਿੰਨੀਆਂ ਵੀ ਪਾਣੀ ਹੈਗੇ ਆ ਬਿਜਲੀ ਸਾਰਿਆਂ ਤੋਂ ਸਾਨੂੰ ਵਾਂਝੇ ਕਰਦੇ ਆ ਤੇ ਪਹਿਲਾਂ ਸਰਕਾਰੀ ਡਿਪੂ ਹੁੰਦੇ ਸੀ ਦੇਖੋ ਤੁਹਾਨੂੰ ਇਹਨਾਂ ਦੀ ਚਾਲਾਂ ਦੱਸਦਾ ਪ੍ਰਾਈਵੇਟ ਕਿਵੇਂ ਕਰਦੇ ਸਰਕਾਰੀ ਸਸਤੇ ਨਾਲ ਦੇ ਡਿਪੂ ਹੁੰਦੇ ਸੀਗੇ ਸਾਰੇ ਬੰਦ ਕਰਤੇ ਨਾ ਕਿਤੇ ਦਿਖਦਾ ਕਿਤੇ ਫੱਟਾ ਲਗਾਇਆ ਪੀਲੇ ਰੰਗ ਦਾ ਫੱਟਾ ਹੁੰਦਾ ਸੀ ਉਹ ਬੰਦ ਕਰਤੇ ਫਿਰ ਬਾਦਲ ਸਾਹਿਬ ਆਏ ਆਟਾ ਦਾਲ ਦੇਾਂਗੇ ਜੀ ਉਹ ਉਹਦੇ ਤਾਂ ਸਭ ਕੁਝ ਸਸਤਾ ਮਿਲਦਾ ਤੇ ਦੂਜਾ ਆਇਆ ਜੀ ਖੰਡ ਤੇ ਚਾਹ ਪੱਤੀ ਦੇਾਂਗੇ ਇੱਕ ਇੱਕ ਆਈਟਮ ਦੀ ਇਹ ਰਾਜਨੀਤੀ ਖੇਡ ਨੇ ਮਤਲਬ ਜਿਹੜੀ ਚੀਜ਼ ਸਾਨੂੰ ਮਿਲਦੀ ਸੀ ਉਹ ਬੰਦ ਕਰਕੇ ਫਿਰ ਇੱਕ ਇੱਕ ਕਰਕੇ ਕਿਸਤਾਂ ਦੇ ਦਿੰਨੇ ਤਾਂ ਕਿ ਵੋਟਾਂ ਮਿਲਦੀਆਂ ਰਹਿਣ ਇਹ ਹੁਣ ਨੰਗਾ ਕਰਾਂਗੇ ਇਹਨਾਂ ਨੂੰ ਵੀ ਇਹਨਾਂ ਨੇ ਕਿਵੇਂ ਸਾਨੂੰ ਲੁੱਟਿਆ ਅਸੀਂ ਸਾੜਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਮੈਂ ਆਮ ਘਰਾਂ ਤੋਂ ਹਾਂ ਨਾ ਜਿਵੇਂ ਜਿਵੇਂ ਸਾਡੀਆਂ ਸਹੂਲਤਾਂ ਇਹਨਾਂ ਨੇ ਖੋਈਆਂ ਉਹ ਅਸੀਂ ਵਾਪਸ ਲੈਣ ਵਾਸਤੇ ਹਲੇ ਤਰਲੋ ਮੱਛੀ ਹੋ ਰਹੇ ਆਮ ਪਾਰਟੀ ਕੋਈ ਬਹੁਤ ਜ਼ਿਆਦਾ ਨਹੀਂ ਕੁਝ ਦੇ ਰਹੀ ਇਹ ਬਈ ਹਾਂ ਬਿਜਲੀ ਸਸਤੀ ਕਰਨ ਨਾਲ ਕੋਈ ਸਾਨੂੰ ਘਾਟਾ ਪੈਣ ਇਹ ਤਾਂ ਮਿਲਦੀ ਸੀ ਕਦੇ ਬਿਜਲੀ ਦੇ ਬਿੱਲ ਵਿੱਚ ਰੋਲਾ ਪਿਆ ਮੈਂ ਉਹ ਦਿਨ ਵੀ ਦੇਖਿਆ ਸੁਖਵੀਰ ਜੀ ਖੇਤਾਂ 'ਚ ਜਾਂਦੇ ਸੀ ਰਾਤ ਜਾਓ ਬਟਨ ਦੱਬੋ ਮੋਟਰ ਚਲਾ ਲਓ ਦਿਨ ਜਾਓ ਬਟਨ ਦੱਬੋ ਮੋਟਰ ਚਲਾ ਲਓ 24 ਘੰਟੇ ਲੱਟ ਰਹੀਦੀ ਸੀ ਘਰਾਂ 'ਚ ਵੀ ਇਦਾਂ ਹੀ ਰਹਿੰਦੀ ਸੀ ਸਰਪਲੱਸ ਬਿਜਲੀ ਸੀ ਸਾਡੇ ਕੋਲ ਔਰ ਬਿੱਲ ਨਾ ਮਾਤਰਾ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਦਾ ਵੀ ਬਿੱਲ ਆਇਆ ਕਿ ਨਹੀਂ ਰੌਲਾ ਹੀ ਨਹੀਂ ਸੀ ਕੋਈ ਕਿਉਂਕਿ ਮੁਢਲੀ ਸਹੂਲਤਾਂ ਸੀਗੀ ਇਸ ਕਰਕੇ ਆਮ ਆਦਮੀ ਨੂੰ ਬਿਜਲੀ ਦੇ ਬਿੱਲ ਵੀ ਭਰਨੇ ਸੌਖੇ ਸੀ ਪੜ੍ਹਾਈ ਸਰਕਾਰੀ ਸਕੂਲਾਂ 'ਚ ਅਸੀਂ ਪੜ੍ਹੇ ਹੋਏ ਆਂ ਇਲਾਜ ਕੋਈ ਪ੍ਰਾਈਵੇਟ ਮੁਹਾਲੀ 'ਚ ਹਸਪਤਾਲ ਮੈਂ ਮੇਰੇ ਹੁੰਦੇ ਹੁੰਦੇ ਦੇਖੇ ਮੈਂ ਹੁਣ ਬਣਿਆ ਇਹ ਨਹੀਂ ਸਾਰੇ ਸਰਕਾਰੀ ਇਲਾਜ ਹੁੰਦਾ ਸੀਗਾ ਡਿਸਪੈਂਸਰੀਆਂ ਹੁੰਦੀਆਂ ਸੀ ਉੱਥੇ ਸਭ ਕੁਝ ਮਿਲਦਾ ਸੀ ਇਹ ਸਹੂਲਤਾਂ ਬੰਦ ਕੀਤੀਆਂ ਇਹਨਾਂ ਨੇ ਬੰਦ ਕਰਕੇ ਹੁਣ ਇਹਨਾਂ ਤੇ ਹੈਲਥ ਕਾਰਡ ਬਣਾ ਦਿਓ ਜੀ ਇਹ ਰਾਜਨੀਤੀ ਹੈ ਤਾਕੇ ਜੀ ਤੁਹਾਨੂੰ 5 ਲੱਖ ਦਾ ਬੀਮਾ ਦੇ ਕੋਈ ਆਸਾਨ ਕਰਤੇ ਜਿਹੜਾ ਟੈਕਸ ਦਿੰਨੇ ਉਹ ਉਹ ਕਿੱਥੇ ਗਿਆ ਤੁਸੀਂ ਕਾਰਡ ਕਾਰਡ ਬਣਾਉਣ ਵਾਸਤੇ ਉੱਥੇ ਬਿਠਾ ਲਏ ਸੀ ਜਿਹੜਾ ਟੈਕਸ ਦਾ ਪੈਸਾ ਉਹ ਕਿੱਥੇ ਗਿਆ ਉਹ ਦੱਸੋ ਪਹਿਲਾਂ ਆਹੀ ਤਾਂ ਕਹਿ ਰਿਹਾ ਕੇਜਰੀਵਾਲ ਵੀ ਉੱਥੇ ਅਸੀਂ ਜਿਹੜਾ 2 ਕਰੋੜ ਲੋਕਾਂ ਨੂੰ ਅਸੀਂ ਫੈਸਿਲਿਟੀ ਫੈਸਿਲਿਟੀ ਦੇ ਰਹੇ ਹਾਂਗੇ ਸਿਰਫ 60000 ਕਰੋੜ ਚ ਪਰ ਆਦਮ ਪਰ ਆਦਮੀ ਨੂੰ ਉੱਥੇ 30000 ਪੈਂਦੀ ਹੈ ਉਹਦੇ 30000 ਚ ਅਸੀਂ 2 ਕਰੋੜ ਲੋਕਾਂ ਨੂੰ ਸਾਰਿਆਂ ਨੂੰ ਫੈਸਿਲਿਟੇਟ ਕਰ ਰਹੇ ਹਾਂ ਇੱਥੇ ਬਜਟ 1.80 ਲੱਖ ਕਰੋੜ ਦਾ ਇੱਥੇ 60000 ਪਰਸੈਂਟ ਨੂੰ ਆਉਂਦਾ ਪਰ ਪਿਆ ਮਿਲ ਰਿਹਾ ਸਾਨੂੰ ਕੁਝ ਵੀ ਨਹੀਂ ਮਿਲ ਰਿਹਾ ਉਹਨੇ ਇਹ ਚੀਜ਼ਾਂ ਅੰਕੜੇ ਕੱਢ ਕੇ মিডিਆ ਦੇ ਸਾਹਮਣੇ ਰੱਖੇ ਬਾਕੀ ਹੁਣ ਤੁਹਾਨੂੰ ਸੁਖਵੀਰ ਜੀ ਹੋਰ ਵੀ ਅਸੀਂ ਇਨਵਾਈਟ ਕਰਦੇ ਹਾਂ ਅਸੀਂ ਇਹ ਕਿਲਾ ਬਿਜਲੀ ਦਾ ਹੀ ਨਹੀਂ ਹੈ ਤੁਹਾਨੂੰ 15 20 ਦਿਨ ਬਾਅਦ ਮਿਲਿਆ ਕਰਾਂਗੇ ਤੁਸੀਂ ਆਇਆ ਕਰੋ ਪ੍ਰੈਸ ਕਾਨਫਰੰਸ 'ਚ ਤੁਹਾਨੂੰ ਇੱਕ ਇੱਕ ਚੀਜ਼ ਕੀ ਅਸੀਂ ਕਰਨ ਜਾ ਰਹੇ ਹਾਂ 15 20 ਦਿਨ 'ਚ ਚੋਣ ਮੈਨੀਫੈਸਟੋ ਦੀ ਇੱਕ ਕਿਤਾਬ ਬਣਾ ਕੇ ਤੁਹਾਨੂੰ ਪੜਾਉਣੀ ਹੈ ਵੀ ਇੱਕੇ ਦਿਨ ਪ੍ਰੈਸ ਕਾਨਫਰੰਸ ਦੀ ਵਿੱਚ ਚੋਣ ਮੈਨੀਫੈਸਟੋ ਆ ਦੇਖੋ ਜੀ ਅਸੀਂ ਲਾਗੂ ਸਾਡਾ ਤਿਆਰ ਹੋ ਗਿਆ ਨਹੀਂ ਨਹੀਂ ਇਹ ਚੋਣ ਮੈਨੀਫੈਸਟੋ ਦੀ ਪਹਿਲੀ ਲਾਈਨ ਹੈ ਹਲੇ ਇਹ ਚੋਣ ਮੈਨੀਫੈਸਟੋ ਪੜਾਉਣਾ ਹੁਣ ਅਸੀਂ ਸਾਲ 15 20 ਦਿਨ ਬਾਅਦ ਤੁਹਾਨੂੰ ਇਹ ਪੜਾਇਆ ਕਰਾਂਗੇ ਅੱਗੇ ਬੇਰੋਜ਼ਗਾਰੀ ਬਾਰੇ ਕੀ ਕਰਨਾ ਅਸੀਂ ਹੋਰ ਸੇ ਸਹੂਲਤਾਂ ਬਾਰੇ ਕੀ ਕਰਨਾ ਐਜੂਕੇਸ਼ਨ ਵਾਸਤੇ ਕੀ ਕਰਨਾ ਬਰੋਡ ਵਿਦ ਰੋਡ ਮੈਪ ਤੁਹਾਨੂੰ ਦਿਆ ਕਰਾਂਗੇ ਕਿਉਂਕਿ ਉਦੋਂ ਵੀ ਰੋਡ ਮੈਪ ਹੀ ਦੇ ਕੇ ਗਿਆ ਨਾ ਗੇਜਰੀਵਾਲ ਕਿਵੇਂ ਬਿਜਲੀ ਦੇਣੀ ਅਸੀਂ ਹਾਂ ਇਸਕ ਪੂਰੀ ਪਲਾਨਿੰਗ ਮਤਲਬ ਤੁਹਾਡੇ ਕੋਲ ਹੈਗੀ ਹੈ ਕੈਨੇਡਾ ਤੁਸੀਂ ਇਹ ਮਤਲਬ ਹੈ ਚਲੋ ਲੇਟਰ ਆਨ ਅਸੀਂ ਤੁਹਾਡੇ ਕੋਲ ਅਪਡੇਟ ਲੈਂਦੇ ਰਵਾਂਗੇ ਇਕਬਾਲ ਜੀ ਫਿਲਹਾਲ ਸਾਡੇ ਸ਼ੋਅ ਚ ਆਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ